ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਤਹਿਸੀਲ ਨਕੋਦਰ ਤੇ ਜ਼ਿਲ੍ਹਾ ਜਲੰਧਰ। ਮੌਸਮ ਅੱਜ ਠੰਡਾ, ਕੁਦਰਤੀ ਮੀਂਹ ਪੈ ਰਿਹਾ ਥੋੜਾ ਥੋੜਾ, ਤੇ ਬਾਬਾ ਜੀ ਵੀ ਖੁਸ਼ ਨੇ ਤੇ ਉਹਨਾਂ ਦੇ ਕਰਕੇ ਪ੍ਰੋਗਰਾਮ ਚੱਲੀ ਜਾਂਦੇ। ਸੋ ਕਰਦੇ ਹਾਂ ਗੱਲਬਾਤ, ਆਓ ਜੀ ਆਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਫੂਕ ਨਹੀਂ ਮਾਰਨੀ, ਬੋਲਣਾ। ਤੁਹਾਡਾ ਛੋਟਾ ਭਰਾ ਵੀ ਹੈ ਕੋਈ? ਯੈਸ, ਹੈਗਾ ਨਾ। ਹਾਂਜੀ, ਦੇਖੋ ਤੁਸੀਂ ਸੋਚਦੇ ਹੋ ਕਿਵੇਂ ਪਤਾ ਲੱਗਿਆ, ਹੁਣ ਉਹਦੇ ਲੀੜੇ ਵਿਚਾਰੇ ਇਹ ਪਾਈ ਫਿਰਦੇ ਹੋ। ਕਿੱਥੇ ਰਹਿੰਦੇ ਹੋ ਜੀ? ਹਿਮਾਚਲ। ਅੱਛਾ, ਹਿਮਾਚਲ ਸੇ ਹੋ, ਕਹਾਂ ਸੇ? ਪਾਲਮਪੁਰ। ਪਾਲਮਪੁਰ, ਉੱਥੇ ਚਾਹ ਦੇ ਬਾਗ ਬਗੀਚੇ ਬਗੀਚੇ ਚਾਹ ਕੇ ਬਗੀਚੇ ਹੈ। ਓਕੇ ਓਕੇ, ਚਾਹ ਪੱਤੀ ਕੇ, ਚਾਹ ਪੱਤੀ ਕੇ। ਥੋੜੀ ਬਹੁਤੀ ਖੁਦ ਵੀ ਪੀ ਲਿਆ ਕਰੋ, ਥੋੜਾ ਰੰਗ ਕਾਲਾ ਹੋ ਜਾਏਗਾ। ਹਿਮਾਚਲ ਤੋਂ ਪੈਦਾ ਹੋ ਗਿਆ ਨਾ? ਪੈਦਾ ਹੋਏ ਪੈਦਾ ਹੋ ਗਏ। ਦੇਖੋ ਇੱਥੇ ਪੜ੍ਹਨ ਆਏ ਨੇ ਬੱਚੇ ਤੇ ਪੰਜਾਬੀ ਵੀ ਸਿੱਖ ਰਹੇ ਨੇ, ਬਹੁਤ ਵਧੀਆ। ਅੱਛਾ, ਇਹ ਨਗ ਕੀ ਕਹਿੰਦਾ ਹੈ? ਇਹ ਨਗ ਜੋ ਡਾਲਾ ਹੈ, ਇਹ ਗੋਮੇਦ ਹੈ। ਗੋਮੇਦ ਹੈ, ਮਤਲਬ ਕਿ ਅਗਰ ਗੁੱਸਾ ਜਾਂ ਕੋਈ ਬਦਨਾਮੀ ਕੇ ਸੇ ਬਚਨੇ ਕੇ ਲਈ ਇਸਕੋ ਪਹਿਨਤੇ ਹੈ। ਕਿਸਨੇ ਪਹਿਨਾਇਆ ਹੈ? ਮੰਮੀ ਨੇ। ਮੰਮੀ ਨੇ? ਪੰਡਿਤ ਜੀ ਕੋਲ ਗਏ ਹੋਣਗੇ। ਹਾਂਜੀ। ਪੰਡਿਤ ਜੀ ਕੀ ਕਹਿੰਦੇ? ਕਹਤੇ ਕਿ ਗੁੱਸਾ ਵੀ ਆਤਾ ਹੈ ਔਰ ਮਤਲਬ ਲੜਕੀ ਹੈ ਤੋ ਬਾਹਰ ਜਾਏਗੀ ਤੋ ਇਸ ਲਈ ਕੋਈ ਮਤਲਬ ਕਿਸੀ ਕੀ ਬਾਤੋਂ ਮੇ ਨਾ ਜਾਏ ਇਸ ਲਈ ਨਗ ਪਹਿਨਾ। ਅੱਛਾ, ਕਿਸੀ ਕੀ ਬਾਤੋਂ ਮੇ ਨਾ ਆਏ ਇਹ ਪਹਿਨਾਓ, ਵਿਆਹ ਤੋਂ ਬਾਅਦ ਜਬ ਆਪਕੀ ਸ਼ਾਦੀ ਹੋ ਜਾਏਗੀ, ਹੈ ਨਾ, ਸੱਸ ਆ ਜਾਏਗੀ। ਨਹੀਂ, ਸੱਸ ਕੇ ਪਾਸ ਆਪ ਜਾਓਗੇ ਮਤਲਬ? ਨਗ ਦੋ ਪਾਲੀ, ਠੀਕ ਹੈ, ਜਮਾ ਕਿਸੀ ਕੀ ਬਾਤੋਂ ਵੀ ਨਹੀਂ ਆਏਗੀ। ਠੀਕ ਹੈ, ਠੀਕ ਹੈ। ਚਲੋ ਸੁਣਾਓ ਪੰਜਾਬੀ ਗਾਣਾ। ਪੰਜਾਬੀ ਜਿਹੜਾ ਮਰਜ਼ੀ, ਜਿਹੜਾ ਮਰਜ਼ੀ। ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ, ਨਜ਼ਰ ਨਹੀਂ ਚੁਰਾਨਾ ਸਨਮ, ਬਦਲ ਕੇ ਮੇਰੀ ਤੁਮ ਜ਼ਿੰਦਗਾਨੀ, ਕਹੀਂ ਬਦਲਣਾ ਜਾਣਾ ਸਨਮ, ਹਾਂ ਮੇਰਾ ਦਿਲ ਹਾਲੇ ਲਿਆਦ ਹੈ, ਦਿਲ ਕਰ ਮੁਝਕੋ ਨਾ ਬਹਿਰਾ, ਚੁਰਾ ਲਿਆ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ, ਨਜ਼ਰ ਨਹੀਂ ਚੁਰਾਨਾ ਸਨਮ। ਥੈਂਕ ਯੂ ਜੀ, ਗੋਡ ਬਲੈਸ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡੀ ਬੈਟਰੀ 'ਚ ਵੱਡੇ ਸੈੱਲ ਪੈਂਦੇ ਆ, ਕੀ ਨਾਮ ਹੈ ਜੀ? ਰਮਨਦੀਪ ਕੌਰ। ਰਮਨਦੀਪ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਗੁਰਦਾਸਪੁਰ ਬਟਾਲਾ। ਓਕੇ, ਜ਼ਿਲ੍ਹਾ ਗੁਰਦਾਸਪੁਰ, ਮਾਝੇ ਵਾਲੇ ਹੋ ਗਏ ਨਾ ਜੀ? ਹਾਂਜੀ। ਬਟਾਲੇ ਸ਼ਹਿਰ ਰਹਿੰਦੇ ਹੋ? ਹਾਂਜੀ। ਕਿੱਥੇ ਕੁ? ਬਟਾਲਾ। ਖਾਸ ਬਟਾਲਾ? ਅਮਨ ਐਂਗਲ। ਹਾਂਜੀ, ਅਮਨ ਐਂਗਲ। ਅਮਨ ਐਂਗਲ, ਅਮਨ ਐਂਗਲ, ਅਮਨ ਐਂਗਲ, ਅਮਨ ਐਂਗਲ। ਓਕੇ ਓਕੇ, ਮੈਂ ਸੋਚਿਆ ਨਹੀਂ ਅਮਨ ਦੇ ਘਰ ਦੇ ਕੋਲ ਹੀ ਰੱਖੇ, ਮੈਂ ਮੈਨੂੰ ਕੀ ਪਤਾ ਅਮਨ ਦਾ ਘਰ ਕਿੱਥੇ। ਤੇ ਕੀ ਸ਼ੌਂਕ ਨੇ ਤੁਹਾਡੇ, ਹੌਬੀਜ਼? ਇਹ ਕਿੱਥੇ ਕਿੱਥੇ ਲਿਖੀਆਂ? ਗੁੱਤ ਕਿਹਨੇ ਕੀਤੀ ਅੱਜ? ਆਪ? ਨਹੀਂ, ਮੇਰੀ ਫਰੈਂਡ ਨੇ। ਅੱਛਾ ਅੱਛਾ, ਤੁਹਾਡੀ ਗੁੱਤ ਉਹਨੇ ਕੀਤੀ, ਉਹਦੀ ਗੁੱਤ ਤੁਸੀਂ ਕੀਤੀ, ਗੁੱਤਮ ਗੁੱਤ ਤਾਂ ਨਹੀਂ ਹੋ ਗਈਆਂ? ਨਹੀਂ। ਕਿੰਨੇ ਭੈਣ ਭਰਾ? ਤਿੰਨ। ਹਾਂਜੀ, ਤਿੰਨ। ਅੱਛਾ, ਤਿੰਨ ਵੀਰੇ? ਨਹੀਂ, ਇੱਕ ਬ੍ਰਦਰ ਇੱਕ ਸਿਸਟਰ। ਇੱਕ ਵੀਰਾ ਇੱਕ ਭੈਣ, ਚਲੋ ਬਹੁਤ ਵਧੀਆ। ਉਹ ਕੀ ਕਰਦੇ ਨੇ, ਪੜ੍ਹਦੇ ਨੇ ਉਹ ਵੀ? ਹਾਂਜੀ। ਓਕੇ ਓਕੇ, ਚਲੋ ਖੁਸ਼ ਰਹੋ, ਬਾਬਾ ਜੀ ਤਰੱਕੀ ਦੇਣ, ਸੂਟ ਬਹੁਤ ਸੋਹਣਾ। ਤਾਰੀਫ ਤਾਂ ਜਰ ਲਿਆ ਕਰੋ, ਤਾਰੀਫ, ਖੁਸ਼ ਹੋਇਆ ਕਰੋ ਵੀ ਹਾਂ ਤਾਰੀਫ ਕੀਤੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਆਈ ਬਹੁਤ ਘੈਂਟ ਤਰੀਕੇ ਨਾਲ, ਪਹਿਲਾਂ ਸਿਰਫ ਤਾੜੀਆਂ ਮਾਰਦੀ ਜਦੋਂ ਬੁਲਾ ਲਿਆ। ਕੀ ਨਾਂ ਹੈ ਤੁਹਾਡਾ? ਮਨਮੀਤ ਕੌਰ। ਮਨਮੀਤ ਕੌਰ, ਤੁਸੀਂ ਵੀ ਨਰਸਿੰਗ ਕਰ ਰਹੇ ਹੋ, ਕਿਹੜਾ ਈਅਰ ਹੈ ਤੁਹਾਡਾ? ਲਾਸਟ ਈਅਰ। ਤੁਹਾਡਾ ਵੀ ਲਾਸਟ ਈਅਰ ਹੋ ਗਿਆ, ਵਧੀਆ ਲੰਘੀ ਪੜ੍ਹਾਈ? ਹਾਂ, ਬਹੁਤ ਵਧੀਆ। ਓਕੇ, ਅੱਗੇ ਸੁਪਨਾ ਕੀ ਹੈ? ਏਮ? ਓਹ, ਏਮ ਮੇਰਾ ਐਡੇ ਅੰਦਾਜ਼ ਬਣਾਉਂਦੀਆਂ ਨਾ ਕੁੜੀਆਂ ਯਾਰ, ਦੇਖ ਅਬਜ਼ਰਵ ਕਰੋ ਕੁੜੀਆਂ, ਤੁਸੀਂ ਕਰਿਆ ਕਰੋ, ਮੁੰਡੇ ਸਭ ਨੂੰ ਅਬਜ਼ਰਵ ਕਰਿਆ ਕਰੋ, ਬਹੁਤ ਵਧੀਆ ਅੰਦਾਜ਼। ਕਿਆ ਏਮ ਹੈ? ਵਧੀਆ ਲੈਕਚਰਰ ਬਣਨਾ, ਪ੍ਰੋਫੈਸਰ ਬਣਨਾ ਜੀ। ਓਕੇ ਓਕੇ, ਉੱਥੇ ਬਾਲੀ ਤੁਸੀਂ ਪਾਈ ਹੋਈ ਹੈ ਨਾ ਜੀ?
ਉੱਪਰ ਦੇ ਕਰਕੇ ਇਹ ਵੈਸੇ ਜਿਹੜੀਆਂ ਸਤਿਕਾਰਯੋਗ ਪਿਆਰੀਆਂ ਜੂਆਂ ਉਹ ਜਦੋਂ ਥੱਲੇ ਆਉਣਗੀਆਂ ਵਾਇਆ ਕੰਨ ਦੇ ਨਹੀਂ ਵੈਸੇ ਜੇ ਆਉਣ ਵਾਇਆ ਕੰਨ ਦੇ ਥਾਈ ਉਹਨਾਂ ਨੂੰ ਬੈਰੀਅਰ ਨਹੀਂ ਹੋਊਗਾ ਉੱਪਰ ਨਹੀਂ ਤਾਂ ਹੀ ਮਤਲਬ ਕਿ ਜਵਾਨ ਤਾਂ ਹੀ ਤਾਂ ਹੀ ਖੁਸ਼ ਰਹੋ ਬਾਬਾ ਜੀ ਤਰੱਕੀ ਦੇਣ ਥੈਂਕ ਯੂ ਸੋ ਮਚ ਗਾਣਾ ਸੁਣਾਓਗੇ ਬੋਲੀ ਜਾਂਦੀ ਬੋਲ ਬੋਲ ਬੋਲੀ ਪਾਓ ਬੋਲੀ ਪਾਓ ਮਾਰ ਤਿੱਤਲੀ ਉਡਾਰੀ ਨੀ ਮੈਂ ਉੱਡ ਜਾਣਾ ਸੋਰੇ ਮਾਰ ਤਿੱਤਲੀ ਉਡਾਰੀ ਨੀ ਮੈਂ ਉੱਡ ਜਾਣਾ ਪੇਕੇ ਸਾਲ ਕ ਮਹੀਨੇ ਪਿੱਛੋਂ ਆਇਆ ਕਰੂੰਗੀ ਕਰ ਸਹੁਰਿਆਂ ਦੇ ਹੋਏ ਕਰ ਸਹੁਰਿਆਂ ਦੇ ਹੁਕਮ ਚਲਾਇਆ ਕਰੂੰਗੀ ਕਰ ਸਹੁਰਿਆਂ ਦੇ ਹੋਏ ਕਰ ਸਹੁਰਿਆਂ ਦੇ ਹੁਕਮ ਚਲਾਇਆ ਕਰੂੰਗੀ ਕਰ ਸਹੁਰਿਆਂ ਦੇ ਕੀ ਨਾਂ ਜੀ ਨਵਨੀਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਲੋਹੀਆਂ ਖਾਸ ਲੋਹੀਆਂ ਖਾਸ ਖਾਸ ਆਮ ਨਹੀਂ ਹੈ ਨਹੀਂ ਖਾਸ ਹੀ ਆ ਖਾਸ ਹੈ ਲੋਹੀਆਂ ਹਾਂਜੀ ਇਹ ਕਿੱਥੇ ਕਮੈਂਦਾ ਹੈ ਸੁਲਤਾਨਪੁਰ ਦੇ ਕੋਲ ਸੁਲਤਾਨਪੁਰ ਦੇ ਕੋਲ ਕੀ ਸ਼ੌਂਕ ਨੇ ਤੁਹਾਡੇ ਮੇਰੇ ਸ਼ੌਂਕ ਆ ਭੰਗੜਾ ਗਿੱਧਾ ਬੋਲੀਆਂ ਪਾਉਣਾ ਹਾਂ ਪੜ੍ਹਨਾ ਓਕੇ ਕਿੰਨਵਾਂ ਹੀ ਹੈ ਤੁਹਾਡਾ ਮੇਰਾ ਫਸਟ ਹੀ ਆ ਫਸਟ ਹੀ ਹੈ ਪਰਿਵਾਰ ਚ ਕੌਣ ਕੌਣ ਹੈ ਮੰਮੀ ਪਾਪਾ ਦੋ ਬ੍ਰਦਰ ਆ ਦਾਦਾ ਜੀ ਚਾਚਾ ਚਾਚੀ ਦਾਦਾ ਜੀ ਚਾਚਾ ਚਾਚੀ ਓਕੇ ਓਕੇ ਚਾਚੀ ਜੀ ਵਧੀਆ ਹਾਂਜੀ ਓਕੇ ਜੀ ਵਧੀਆ ਬਣਦੀ ਤੁਹਾਡੀ ਚਾਚੀ ਨਾਲ ਹਾਂਜੀ ਬਹੁਤ ਵਧੀਆ ਫੋਰਨ ਆ ਅੱਛਾ ਫੋਰਨ ਹੈ ਫਿਰ ਤਾਂ ਵਧੀਆ ਬਣਨੀ ਹੈ ਹਾਂਜੀ ਕਿੱਥੇ ਰਹਿੰਦੇ ਆ ਉਹ ਮਨੀਲੇ ਮਨੀਲਾ ਗਿਫਟ ਗਿਫਟ ਭੇਜਦੇ ਹੁੰਦੇ ਹੋ ਹਾਂਜੀ ਕੀ 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 ਕੁਝ ਆਇਆ ਅਜੇ ਤੱਕ ਚਾਚੀ ਨੇ ਕੀ ਕੁਝ ਦਿੱਤਾ ਮੇਕਅਪ ਕਿਟ ਮੇਕਅਪ ਹਾਂ ਮੇਕਅਪ ਦਾ ਸਮਾਨ ਆਇਆ ਬਾਹਰੋਂ ਹੋਰ ਕਿਟ ਸਕੂਲ ਬੈਗ ਸਕੂਲ ਬੈਗ ਕਲਰਸ ਕਲਰ ਕਲਰ ਕਿਹੜੇ ਸਕੈਚ ਕਲਰ ਅੱਛਾ ਅੱਛਾ ਜਵਾਕ ਵਾਲੇ ਹਾਂਜੀ ਉਹ ਤਾਂ ਪੱਲੇ ਲੈ ਲਓ ਇੱਥੋਂ ਉਹ ਵੀ ਬਾਹਰੋਂ ਮੰਗਾਈ ਜਾਂਦੀ ਤੁਸੀਂ ਇਹ ਹੋਰ ਹੀ ਸ਼ੌਂਕ ਹੁੰਦਾ ਹੈ ਕਿ ਬਾਹਰੋਂ ਕਲਰ ਆਣ ਕੇ ਡਰਾਇੰਗ ਕਰੀਏ ਅੱਛਾ ਅੱਛਾ ਬਾਹਰੋਂ ਆਉਣ ਬਸ ਜੋ ਆਵੇ ਬਾਹਰੋਂ ਹੀ ਆਵੇ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਕੱਲ ਨੂੰ ਕੀ ਲੈਣਾ ਝਾੜੂ ਟੁੱਟ ਗਿਆ ਬਾਹਰੋਂ ਮੰਗਾਇਓ ਨਹੀਂ ਉਹ ਇੱਥੇ ਹੀ ਲਈਦਾ ਹੈ ਚਾਚੀ ਤੂੰ ਹੀ ਭੇਜ ਉਹਨਾਂ ਚਿਰ ਤੱਕ ਝਾੜੂ ਨਹੀਂ ਫੇਰਨਾ ਨਹੀਂ ਉਹ ਇੱਥੇ ਲਈਦਾ ਹੈ ਚਲੋ ਗਾਣਾ ਸੁਣਾਓ ਜੀ ਫਿਰ ਮੈਂ ਬੋਲੀ ਪਾਉਂਗੀ ਮਲਵਈ ਓਕੇ ਪਾਓ ਜੀ ਪਾਓ ਦੋ ਛੜਿਆਂ ਨੇ ਫੜ ਲਈ ਬਾਂਦਰੀ ਗੱਲਾਂ ਤੇ ਲਾਲੀ ਲਾਈ ਦੋ ਛੜਿਆਂ ਨੇ ਫੜ ਲਈ ਬਾਂਦਰੀ ਗੱਲਾਂ ਤੇ ਲਾਲੀ ਲਾਈ ਉਹ ਪੂਛੋ ਦੀ ਤੇ ਬੰਤੇ ਕੰਗਰੂ ਪੂਛੋ ਦੀ ਤੇ ਬੰਤੇ ਕੰਗਰੂ ਸਾਰੀ ਰਾਤ ਨਚਾਈ ਮਰ ਜੋਵੇ ਛੜਿਓ ਤੈਨੂੰ ਰਤਾ ਸ਼ਰਮ ਨਾ ਆਈ ਮਰ ਜੋਵੇ ਛੜਿਓ ਬਹੁਤ ਵਧੀਆ ਕਿੱਥੋਂ ਦੀ ਸੀਗੀ ਬਾਂਦਰੀ ਇਹ ਵੀ ਮਨੀਲਾ ਤੋਂ ਤਾਂ ਨਹੀਂ ਆਈ ਕੋਈ ਨਹੀਂ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਖੁਸ਼ ਰਹੋ ਥੈਂਕ ਯੂ ਸੋ ਮਚ ਜੀ ਤੁਸੀਂ ਬਹੁਤ ਸੋਹਣੇ ਹੋ ਬਹੁਤ ਸੋਹਣਾ ਸੂਟ ਗੋਡ ਬਲੈਸ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਹੱਸ ਕੇ ਬਹੁਤ ਵਧੀਆ ਕੀ ਨਾਂ ਤੁਹਾਡਾ ਪ੍ਰਭਜੋਤ ਕਾ ਕਿੱਥੋਂ ਮੋਗਾ ਮੋਗੇ ਤੋਂ ਕੀ ਸ਼ੌਂਕ ਨੇ ਮੇਰਾ ਗਾਉਣਾ ਗਾਉਣਾ ਸੁਣਾਓ ਫਿਰ ਵਧੀਆ ਗਾਣਾ ਹਾਂਜੀ 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 ਹਾਈ ਪਹਿਲਾਂ ਕਾ ਤੋਂ ਲਾਈਆਂ ਨੀ ਅਲੜੇ ਜੱਟ ਤੈਨੂੰ ਦਿਲ ਉੱਤੇ ਲਾ ਗਿਆ ਮੈਨੂੰ ਕਹਿੰਦੀ ਹੋਰ ਕਰਾਂ ਕੀ ਵੇ ਮੈਨੂੰ ਰਿਸ਼ਤਾ ਲੰਡਨ ਵਿੱਚ ਆ ਗਿਆ ਹਾਈ ਕੀ ਤਾਂ ਟੁੱਟ ਗਈ ਦੋਸਤੀ ਜਾਨੀ ਯਾਰ ਨਹੀਂ ਸੱਚ ਸੱਚ ਯਾਰ ਉਹ ਲੰਡਨ ਚਲ ਗਈ ਚਲ ਉਹਦੀ ਟੁੱਟੀ ਉਹਦਾ ਮਾੜਾ ਹਾਲ ਹੈ ਉਹਦੀ ਟੁੱਟੀ ਤੂੰ ਖੁਸ਼ੀ ਬਹੁਤ ਆ ਮੈਂ ਹੱਸੋ ਨਾ ਯਾਰ ਸੈਡ ਸੌਂਗ ਨੂੰ ਸੈਡ ਸੌਂਗ ਰਹਿਣ ਦੋ ਨਹੀਂ ਸੈਡ ਸੌਂਗ ਨਹੀਂ ਹੈ ਅੱਛਾ ਭੰਗੜੇ ਵਾਲਾ ਹੈ ਹਾਂ ਜੋ ਦੀ ਟੁੱਟ ਗਈ ਹੈ ਤੁਸੀਂ ਟੁੱਟ ਗਈ ਬਈ ਹੈ ਬਹੁਤ ਵਧੀਆ ਬਹੁਤ ਵਧੀਆ ਗਾਇਆ ਨੱਕ ਪੂੰਝਣ ਆਇਆ ਤੂੰ ਰੱਖ ਲਈ ਦੇ ਨਾਲ ਹੀ ਚਲੋ ਬਹੁਤ ਵਧੀਆ ਨਹੀਂ ਕੋਈ ਨਹੀਂ ਹੋਰ 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 ਆਉਂਦਾ ਹਾਂ ਦੇ ਵਾਧੂ ਵਾ ਵਾਧੂ ਨਹੀਂ ਵਾਧੂ ਨਾ ਨਾ ਸੁਣਾਓ ਮੇਰੇ ਖੋਰੇ ਛੋਟਾ ਜਿਹਾ ਹਾਏ ਸੱਚੀ ਗੱਲ ਜ਼ਿੰਦਗੀ ਦੁਬਾਰਾ ਨਹੀਂ ਉਹ ਮਿਲਣੀ ਹਾਏ ਸੱਚੀ ਗੱਲ ਜ਼ਿੰਦਗੀ ਦੁਬਾਰਾ ਨਹੀਂ ਉਹ ਮਿਲਣੀ ਜੋ ਬਣੇ ਦਿਕਲੀ ਇਹ ਫੇਰ ਨਹੀਂ ਉਹ ਖਿਲਣੀ ਸਹੇਲੀਆਂ ਬਣਾਓ ਚਾਹੇ ਯਾਰੀਆਂ ਪੁਗਾਓ ਚਾਹੇ ਗੇੜੀ ਲਾਓ ਬਨ ਬਨ ਟੋਲੀਆਂ ਹਾਏ ਪਰ ਮਾਪਿਆਂ ਦੀ ਜ਼ਿੰਦਗੀ ਬੇਰੰਗ ਕਰਕੇ ਬਣਾਓ ਯਾਰੋ ਹੋਲੀਆਂ ਤੇਰੀ ਗੱਲ ਹੈ ਜਿਵੇਂ ਹੋਵੇ ਪਪੀਤਾ ਇੱਕ
ਤੁਸੀਂ ਬੇਇੱਜ਼ਤੀ ਮਾਰ ਰਹੇ ਸੀ ਕਿ ਤਾਰੀਫ ਕਰ ਰਹੇ ਸੀ ਯਾਰ ਤਾਰੀਫ ਹੁੰਦੀ ਹੈ ਪਪੀਤੇ ਨੂੰ ਹਰੇਕ ਕੋਈ ਪਿਆਰ ਨਹੀਂ ਕਰਦਾ ਕਿੰਨਾ ਨਿਊਟ੍ਰੀਸ਼ੀਅਸ ਫੂਡ ਹੈ ਯਾਰ ਪਪੀਤਾ ਲੋਕ ਤਰਸਦੇ ਆ ਪਪੀਤੇ ਨੂੰ ਸਾਡੇ ਵਾਲੇ ਅਸੀਂ ਗਰੀਬ ਬੰਦੇ ਅਸੀਂ ਤਾਂ ਤਰਸਦੇ ਹਾਂ ਪਪੀਤੇ ਨੂੰ ਕੋਈ ਮਿਲੇ ਕੋਈ ਤੇ ਤੁਸੀਂ ਤਾਂ ਪਪੀਤੇ ਵਰਗੇ ਲੱਗਦੇ ਹੋ ਕਮਾਲ ਹੀ ਕਰ ਛੱਡੀ ਹੈ ਪਪੀਤਾ ਜੀ ਕਿੰਨੇ ਪਰੌਂਠੇ ਖਾਧੇ ਅੱਜ ਅੱਜ ਕੋਈ ਨਹੀਂ ਖਾਂਦਾ ਨਹੀਂ ਸਾਰੇ ਕੇ ਸੱਚੇ ਕੋਈ ਨਹੀਂ ਖਾਂਦਾ ਚਲੋ ਵਧੀਆ ਸਿਹਤ ਹੋਣੀ ਚਾਹੀਦੀ ਹੈ ਨਾ ਉਹ ਤਾਂ ਹੋਣੀ ਚਾਹੀਦੀ ਹੈ ਲੱਗੀ ਹਨੇਰੀ ਚੱਲੇ ਡੇਗ ਦੇ ਸਹੀ ਗੱਲ ਹੈ ਹੈ ਕਿ ਨਹੀਂ ਬੰਦਾ ਖੜਾ ਰਵੇ ਜਿੰਨੀ ਮਰਜ਼ੀ ਹਨੇਰੀ ਆਵੇ ਲੋਕ ਕਹਿੰਦੇ ਵੀ ਸਾਰਾ ਪਿੰਡ ਡੇਗਿਆ ਪਪੀਤਾ ਖੜਾ ਰਿਹਾ ਕੀ ਨਾਂ ਕੀ ਨਾਂ ਦਾ ਪੁੱਛੇ ਨਹੀਂ ਯਾਰ ਮਨਪ੍ਰੀਤ ਦਾ ਅੱਛਾ ਕਿਹੜਾ ਯਾਰ ਤੁਹਾਡਾ ਮੇਰਾ ਥਰਡ ਇਅਰ ਥਰਡ ਇਅਰ ਵਧੀਆ ਲੰਗੀ ਪੜਾਈ ਬਹੁਤ ਵਧੀਆ ਉਹ ਕਿੱਥੇ ਰਹਿਣੇ ਕਿੱਥੇ ਹੋ ਮੁਕਤਸਰ ਮੁਕਤਸਰ ਪੀਬੀ 30 ਹਾਂਜੀ 3 ਨੰਬਰ ਹੈ ਤੁਹਾਡਾ ਪੀਬੀ 30 ਕਾਦਾ ਬਣਾ ਪੁੱਛੋ ਦੱਸੋ ਕਾਦਾ ਪਤਾ ਨਹੀਂ ਜਿਹੜੇ ਨੰਬਰ ਨਹੀਂ ਹੁੰਦੇ ਟ੍ਰੈਫਿਕ ਨੰਬਰ ਇਹ ਲਾਉਂਦੇ ਨੇ ਮੁਕਤਸਰ ਦਾ 30 ਹੈ ਅੱਛਾ ਜੀ ਮੋਹਾਲੀ ਦਾ 65 ਹੈ ਇਹਨਾਂ ਨੂੰ ਉਹੀ ਕਿ ਚਲੋ ਪਤਾ ਹਾਂ ਹਾਂ ਪਤਾ ਪਰਿਵਾਰ 'ਚ ਕੌਣ ਕੌਣ ਪਰਿਵਾਰ 'ਚ ਮੰਮੀ ਪਾਪਾ ਬ੍ਰਦਰ ਸਿਸਟਰਸ ਓਕੇ ਜੀ ਡੈਡ ਕੀ ਕਰਦੇ ਨੇ ਮੇਰੇ ਪਾਪਾ ਆਰਮੀ ਰਿਟਾਇਰਡ ਹੈ ਚੰਗਾ ਪਰਿਵਾਰ ਹੈ ਤਕੜਾ ਪਰਿਵਾਰ ਹੈ ਸਿਹਤ ਤਾਂ ਹੋਣੀ ਵੀ ਹੈ ਉਹ ਤਾਂ ਹੈ ਹਾਂ ਜੀ ਤੁਹਾਡੇ ਸ਼ੌਂਕ ਮੇਰੇ ਸ਼ੌਂਕ ਸਿੰਗਿੰਗ ਡਾਂਸਿੰਗ ਤੇ ਸੁਣਾਓ ਫਿਰ ਗਾਣਾ ਗਾਣਾ ਸੁਣਾਓਗੇ ਡਾਂਸ ਕਰੋਗੇ ਗਾਣਾ ਸੁਣਾ ਗਾਣਾ ਸੁਣਾ ਲਈਏ ਇਸ਼ਕ ਫਿਕਰ ਦਾ ਛੱਡ ਦੇ ਪੱਲਾ ਮੌਜ ਕਰਦਾ ਹੋ ਕੇ ਚੱਲਣਾ ਜੀਵੇ ਇਸ਼ਕ ਚ ਦਿਲਿਆ ਹੋਇਆ ਫਕੀਰੀ ਮੰਗ ਸਭ ਦੀ ਖੈਰ ਸਤੁਰਵਾ ਜੀਵੇ ਅਰੇ ਦੀਵਾਨੇ ਗਿਰਾ ਦੀਵਾਰੇ ਇਸ਼ਕ ਦੀ ਮਸਤੀ ਦੇ ਵਿੱਚ ਸੋਵੇ ਤੇ ਜਾਗੇ ਧਣਕੀ 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 ਲਾਗੇ ਧਣਕੀ 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 ਲਾਗੇ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਕੋਈ ਹਨਾ ਭਾਜੀ ਕਹਿੰਦਾ ਤੇ ਸਾਡੀ ਸ਼ੁਕਰ ਹੈ ਸਾਡੀ ਭੈਣ ਵੀ ਤਕੜੀ ਹੈ ਮੇਰੇ ਕੀ ਬਚਾ ਲਿਆ ਕਰੂ ਹਨਾ ਹਾਂਜੀ ਜ਼ਰੂਰ ਜੀ ਹੋਰ ਸੁਣਾਓ ਵਧੀਆ ਤੁਸੀਂ ਸੁਣਾਓ ਚੱਲ ਵੀ ਕਿ ਕਿੱਥੋਂ ਬਿਲੋਂਗ ਕਰਦੇ ਹੋ ਨਵਾਂ ਸ਼ਹਿਰ ਜ਼ਿਲ੍ਹਾ ਬੰਗਾ ਤੋਂ ਏਮ ਕੀ ਹੈ ਜ਼ਿੰਦਗੀ 'ਚ ਬਾਹਰ ਹੀ ਜਾਣਾ ਆ ਬਾਹਰ ਹੀ ਜਾਣਾ ਪੱਕਾ ਇਹ ਬਣਾ ਰੱਖਿਆ ਵੀ ਕੁੜੀਆਂ ਨੇ ਨਰਸ ਗਾ ਸਾਰੀ ਫੈਮਿਲੀ ਬਾਹਰ ਆਪਾਂ ਵੀ ਬਾਹਰ ਸਾਰਾ ਟੱਬਰ ਬਾਹਰ ਹੈ ਹਾਂਜੀ ਓਕੇ ਓਕੇ ਤੁਹਾਡਾ ਬਿਜ਼ਨਸ ਲੱਗਿਆ ਬਰ ਨਹੀਂ ਜਾਵਾਂਗੇ ਬਾਈਕ ਐਪ ਤੇ ਚਲੇ ਗਏ ਅਸੀਂ ਚੱਲ ਜਾਵਾਂਗੇ ਅੱਛਾ ਕੌਣ ਕੌਣ ਗਿਆ ਬਾਹਰ ਮੇਰੇ ਤਾਇਆ ਜੀ ਮੇਰੇ ਦਾਦਾ ਦਾਦੀ ਚਾਚਾ ਹੋਣੀ ਦਾਦਾ ਦਾਦੀ ਬਾਹਰ ਚਲੇ ਗਏ ਬਹੁਤ ਵਧੀਆ ਬਜ਼ੁਰਗ ਬੈਠੇ ਆ ਬਾਹਰ ਨਹੀਂ ਉਹ ਐਕਸਪਾਇਰ ਹੋ ਚੁੱਕੇ ਨੇ ਖੜ ਗਏ ਨੇ ਬਾਹਰ ਬੈਠੇ ਉਹ ਚਲੇ ਚੁੱਕੇ ਉਧਰ ਹੀ ਐਕਸਪਾਇਰ ਹੋ ਗਏ ਨੇ ਅੱਛਾ ਉਧਰ ਜਾ ਕੇ ਚਲੋ ਠੀਕ ਹੈ ਤੁਸੀਂ ਕਦੋਂ ਜਾਓਗੇ ਜੀ ਜਦੋਂ ਰੱਬ ਨੇ ਚਾਹਿਆ ਉਦੋਂ ਚੱਲ ਜਾਾਂਗੇ ਕੀ ਸੋਚਿਆ ਵੀ ਇਹ ਸਾਲ ਜਾਣਾ ਹੈ ਫਾਈਲ ਲਾਣੀ ਹੈ ਨਹੀਂ ਲਾਣੀ ਫਾਈਲ ਲੱਗੀ ਹੋਈ ਆ ਜਾਂ ਫਾਈਲ ਲੱਗੀ ਹੋਈ ਹੈ ਹਾਂਜੀ ਹਾਂਜੀ ਸੌਰੀ ਹਾਂਜੀ ਇਹ ਹਾਂਜੀ ਨਹੀਂ ਵਧੀਆ ਹੁੰਦਾ ਇਹ ਲੱਗਦਾ ਵੀ ਸ਼ੂਟ ਨਹੀਂ ਚੱਲਦਾ ਵੀ ਪਰਿਵਾਰ 'ਚ ਹੀ ਬੈਠੇ ਹਨਾ ਬਾਕੀ ਸਗੀ ਭੈਣ ਖੜੀਆਂ ਹੈ ਕਹਿੰਦੇ ਚਲੋ ਤੁਸੀਂ ਛੇਤੀ ਛੇਤੀ ਬਾਹਰ ਪਹੁੰਚੋ ਵੈਸੇ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਯੂ ਐਸ ਏ ਯੂਨਾਈਟਿਡ ਸਟੇਟ ਆਫ ਅਮਰੀਕਾ ਇਹ ਫੁੱਲ ਫੋਮ ਵੀ ਨਾਲ ਦੱਸ ਦਿਓ ਦੇਖੋ ਉੱਥੇ ਕਿਹੜੀ ਸਿਟੀ 'ਚ ਨੇ ਰਿਸ਼ਤੇਦਾਰ ਕੈਲੀਫੋਰਨੀਆ ਕੈਲੀਫੋਰਨੀਆ ਦੇ ਵਿੱਚ ਹੁਣ ਗਾਹ ਨਹੀਂ ਮੈਨੂੰ ਪਤਾ ਨਾ ਨਾ ਮੇਰੇ ਤਾਇਆ ਜੀ ਨੇ ਤਾਈ ਨੇ ਦੋ ਭਰਾ ਨੇ ਇੱਕ ਭੈਣ ਹੈ ਇਹ ਮੇਰੇ ਤਾਇਆ ਜੀ ਦੀ ਫੈਮਿਲੀ ਮੇਰੀ ਆਪਣੀ ਫੈਮਿਲੀ 'ਚ ਮੇਰੇ ਮੰਮੀ ਪਾਪਾ ਤੇ ਮੇਰੀ ਇੱਕ ਛੋਟੀ ਸਿਸਟਰ ਉਹ ਵੀ ਬਾਹਰ ਨੇ ਜੀ ਨਹੀਂ ਉਹ ਇੱਥੇ ਨੇ ਮੇਰੀ ਫੈਮਿਲੀ ਇੱਥੇ ਆ ਅੱਛਾ ਅੱਛਾ ਸਮਝ ਨਹੀਂ ਆ ਰਹੀ ਕਿਹੜਾ ਬਾਹਰ ਹੈ ਕਿਹੜਾ ਇੱਥੇ ਹੈ ਮੇਰੇ ਤਾਏ ਤੇ ਚਾਚੇ ਬਾਹਰ ਨੇ ਮੇਰੀ ਆਪ ਦੀ ਚਾਚੇ ਬਾਹਰ ਬਹੁਤ ਵਧੀਆ ਲੱਗਿਆ ਗੱਲ ਕਰਕੇ ਛੇਤੀ ਛੇਤੀ ਬਾਹਰ ਪਹੁੰਚੋ ਤੇ ਜੋ ਵੀ ਤੁਹਾਡਾ ਏਮ ਹੈ ਉਹਨੂੰ ਬਾਬਾ ਜੀ ਦੇਣ ਤੇ ਇੰਟਰਵਿਊ ਕਲੀਅਰ ਕਰੋ ਜਾ ਚੜੋ ਗੋਡ ਬਲੈਸ ਯੂ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਸ਼ਿਵਾਨੀ ਕਿਰਾਏ ਤੇ ਲਈ ਆਵਾਜ਼ ਹਾਂਜੀ ਆਪਣੀ ਹੈ ਆਪਣੀ ਆਵਾਜ਼ ਗੱਡ ਕੇ ਗਿਆ ਕਰੋ ਤੁਸੀਂ ਜਾਣਾ ਨਾਰੀ ਸ਼ਕਤੀ ਨੂੰ ਖਿੱਚ ਕੇ ਰੱਖਿਆ ਕਰੋ ਕੰਮ ਆਵਾਜ਼ ਇਤਨੀ ਆਤੀ ਹੈ ਇਤਨੀ ਆਤੀ ਹੈ ਚਲੋ ਸ਼ੁਕਰ ਹੈ ਇਤਨੀ ਤੋਂ ਆਤੀ ਹੈ ਕਹੀਂ ਇਹ ਵੀ ਖੋ ਗਈ ਤੋ ਕਿਆ ਕਰੇਂਗੇ ਚਲੋ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਈਸ਼ਾ ਸ਼ਰਮਾ ਈਸ਼ਾ ਸ਼ਰਮਾ ਕਿੱਥੋਂ ਜੀ ਡਿਸਟ੍ਰਿਕਟ ਚੰਬਾ ਹਿਮਾਚਲ ਪ੍ਰਦੇਸ਼ ਤੁਹਾਡਾ ਕਿਹੜਾ ਇਅਰ ਇੱਥੇ ਥਰਡ ਇਅਰ ਵਧੀਆ ਲੰਗੀ ਪੜਾਈ ਹਾਂ ਬਹੁਤ ਅੱਛੀ ਏਮ ਤੁਹਾਡਾ ਏਮ ਮੇਰਾ ਨੋ ਹਾਂਜੀ ਮਾਡਲਿੰਗ ਹਾਂ ਚਲੋ ਬਹੁਤ ਵਧੀਆ ਤੁਹਾਡਾ ਫੇਸ ਕੱਟ ਵੀ ਹੈਗਾ ਹੋਣੀ ਵੀ ਲੱਗਦੇ ਹੋ ਥੈਂਕ ਯੂ ਤੁਸੀਂ ਰੈਂਪ ਵਾਕ ਕਰਕੇ ਦਿਖਾਓਗੇ ਉੱਥੇ ਤੱਕ
प्रोफेशनली भी कर रहे हो? ओके, पार्टिसिपेट करा था मैंने मिस हिमाचल में, तो आई गॉट 7th रैंक देयर। अच्छा जी, मिस हिमाचल दे विच। हां, ओके ओके, बहुत बढ़िया जी, थैंक यू सो मच। थोड़ा एम जेड़ा भी हैगा जी, है ना, मॉडलिंग दे विच या फिल्मा दे विच, तुसी बड़े स्टार बनो जो भी एम है। जी ऐसे आज मैं कॉलेज में आया आपके, ठीक है जी, आज तो शो चल रहा है, बहुत बढ़िया, भगवान की कृपा है। आज से 4 साल बाद मैं कोई और बिजनेस करने लग पड़ा ना अपना, तो इंडस्ट्री में नहीं रहा। आपको मैंने फोन किया, आप बड़े सुपरस्टार हो ना, फिल्में भी आ गई हैं आपकी, मॉडलिंग लाइन में भी आप बढ़िया कर रहे हो काम, मतलब तो आपको पता तो है कि ये रवनीत कौन है। हाँ हाँ। लेकिन आपने थोड़ी सी हवा करनी है ना, कौन यार? अच्छा अच्छा, एक्ट करना है, ठीक है। हेलो 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 हेलो, ईशा सॉरी सॉरी, मैंने कोई गलती की थी। ईशा बोल रहे हो? ईशा, हाँ ईशा बोल रही हूँ। कितना जी? बढ़िया यार, रवनीत बोल रहे हैं। मैं रवनीत? हाँ यार। कौन रवनीत? यार रवनीत, यार रवनीत, मैं तेरे कॉलेज नहीं आया सीगा। ऐसे तो कॉलेज में मेरी लड़कियां भी काफी रवनीत पढ़ती हैं। अच्छा, नहीं नहीं, वो मॉडलिंग की थी तुमने, बड़े हास हास के लत्ता पैरा पुछे थे कि जितने तुमने मॉडलिंग की थी, मैं साथ में था, चेता नहीं? पता नहीं मुझे याद क्यों नहीं आ रहा है। नहीं, तुम ईशा ही बोल रही हो? फिलहाल तो मैं ईशा ही बोल रही हूँ। तब तो बड़े प्यार से बात कर रही थी, अब क्या है? अभी कौन से मैं गुस्से में बात कर रही हूँ आपसे? तो नहीं, प्यार से तो नहीं कर रही ना? प्यार से बात कर रही हूँ। कहाँ रहती हो? मैं तो मुंबई में हूँ। मुंबई में? हाँ। तू? हाँ यार, क्या बात है यार। बस बात यही है कि मैं मुंबई में हूँ। हाँ यार, तुम वैसे लगती नहीं थी उस टाइम कि मुंबई पहुँच जाओगी तुम। क्यों, क्या लगता है आपको? मुझे तो लगता वही जलंधर ही होगी कहीं तक के गाने। और सुनाओ, आप बताओ। अच्छा, अब हम बताए? वाह वाह वाह, सुपरस्टार। आप बताओ, फोन किस लिए करा आपने? फोन किए को 1.5 मिनट हो गया है। तुम्हें अब चेता है कि ये पूछना है? आप बोलने का मौका ही नहीं दे रहे, तो मैं क्या बोलती फिर? हाँ, कैसा है मुंबई? बहुत ही अच्छा है। देखा है कभी? हाँ देखा है। अच्छा, थैंक यू सो मच। हेलो जी, थैंक यू जी, थैंक यू। तुम्हें बढ़िया एक्ट किया, बहुत बढ़िया मॉडल बनो, बहुत बढ़िया स्टार बनो। थैंक यू, थैंक यू सो मच। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਜੋਤੀ। ਜੋਤੀ, ਉਹ ਕਿੱਥੋਂ ਬਿਲੋਂਗ ਕਰਦੇ ਹੋ? ਜਲੰਧਰ ਤੋਂ। ਜਲੰਧਰ ਤੋਂ, ਕੀ ਸ਼ੌਂਕ ਨੇ ਤੁਹਾਡੇ? ਮੇਰੇ ਸ਼ੌਂਕ ਡਾਂਸਿੰਗ, ਸਿੰਗਿੰਗ, ਰਾਈਟਿੰਗ ਰੈਪ, ਗਿਟਾਰ। ਗਿਟਾਰ? ਗਿਟਾਰ ਲੈਂਦੀ? ਗਿਟਾਰ, ਗਿਟਾਰ ਲਿਆਓ, ਵਜਾ ਕੇ ਦਿਖਾ ਦਿੰਦੇ। ਨਹੀਂ ਹੈ, ਮੈਂ ਨਹੀਂ ਵਜਾਉਂਦਾ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਮੈਂ ਨਹੀਂ ਵਜਾਉਂਦਾ ਗਿਟਾਰ। ਹਾਂਜੀ ਹਾਂਜੀ, ਤੁਹਾਡੇ ਕੋਲ ਹੈਗੀ ਗਿਟਾਰ? ਇਸ ਟਾਈਮ ਲੈ ਕੇ ਆਏ ਹੋ? ਨਹੀਂ, ਇਸ ਟਾਈਮ ਤਾਂ ਹੈ ਨਹੀਂ ਹੁਣ ਕੋਲ। ਓਕੇ, ਰੈਪ ਸੁਣਾਓਗੇ ਕੋਈ? ਯੈਸ। ਐ ਮੇਰਾ ਦਿਲ, ਐ ਮੇਰੀ ਜਾਨ, ਮੈਂ ਤੇਰੇ ਨਾਲ ਕਰਦਾ। ਐ ਮੇਰਾ ਦਿਲ ਮੇਰੀ ਜਾਨ, ਤੇਰੇ ਨਾਲ ਕਰਦਾ, ਤੇਰੇ ਨਾਲ ਕਰਕੇ ਹੁਣ ਜੀਵਾਂ ਤੇ ਮਰਾਂ। ਐ ਮੇਰਾ ਦਿਲ ਮੇਰੀ ਜਾਨ, ਤੇਰੇ ਨਾਲ ਕਰਦਾ, ਤੇਰੇ ਨਾਲ ਕਰਕੇ ਹੁਣ ਜੀਵਾਂ ਤੇ ਮਰਾਂ। ਓ ਬੇਬੀ ਆਈ ਐਮ ਵੇਟਿੰਗ ਫੋਰ ਯੂ, ਹੁਣ ਕਰਨਾ ਤੂੰ ਨਾ 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 ਨਾ, ਤੂੰ ਕਰਨਾ ਨਾ, ਬਸ ਕਰ ਦੇ ਤੂੰ ਹਾਂ, ਤੇਰੇ ਨਾਲ ਜੀਵਾਂ ਤੇ ਤੇਰੇ ਨਾਲ ਹੀ ਮਰਾਂ। ਐ ਮੇਰਾ ਦਿਲ ਮੇਰੀ ਜਾਨ, ਤੇਰੇ ਨਾਲ ਕਰਦਾ, ਤੇਰੇ ਨਾਲ ਕਰਕੇ ਹੁਣ ਜੀਵਾਂ ਤੇ ਮਰਾਂ। ਐ ਮੇਰਾ ਦਿਲ ਮੇਰੀ ਜਾਨ, ਤੇਰੇ ਨਾਲ ਕਰਦਾ, ਤੇਰੇ ਨਾਲ ਕਰਕੇ ਹੁਣ ਜੀਵਾਂ ਤੇ ਮਰਾਂ। ਹੋ ਕੇ ਤੂੰ ਤਿਆਰ ਜਦੀ ਹੁੰਦੀ ਐ ਬਾੜ, ਕਰਦੀ ਐ ਸਾਰਿਆਂ ਦੇ ਦਿਲਾਂ ਉੱਤੇ ਵਾਰ, ਤੈਨੂੰ ਕਰ ਲਾਂ ਮੈਂ ਆਪਣੇ ਦਿਲ 'ਚ ਕੈਦ, ਹੁਣ ਰਹਿ ਨਹੀਂ ਸਕਦਾ ਮੈਂ ਤੇਰੇ ਤੋਂ ਬਗੈਰ, ਹੈ ਨਹੀਂ ਮਰ ਜਾਵਾਂ ਕੁਝ ਕਰ ਜਾਵਾਂ, ਹੁਣ ਤੇਰੇ ਤੋਂ ਬਗੈਰ ਨਾ ਰਹਿ ਪਾਵਾਂ। ਐ ਮੇਰਾ ਦਿਲ ਮੇਰੀ ਜਾਨ, ਤੇਰੇ ਨਾਲ ਕਰਦਾ, ਤੇਰੇ ਨਾਲ ਕਰਕੇ ਹੁਣ ਜੀਵਾਂ ਤੇ ਮਰਾਂ। ਬਹੁਤ ਵਧੀਆ ਜੀ, ਖੁਦ ਲਿਖਿਆ ਜੀ, ਹੈ ਜੀ, ਖੁਦ ਰਾਈਟ, ਬਹੁਤ ਸੋਹਣਾ ਬਹੁਤ ਸੋਹਣਾ। ਇਹ ਐਂ ਜਿਵੇਂ ਮੱਝ ਦੇ ਘਰ ਕੱਟੇ ਨੇ ਜਨਮ ਲੈ ਲਿਆ ਹੁੰਦਾ, ਤੇਰੇ ਖੁਸ਼ੀ 'ਚ ਮੱਝ ਰਿੰਗਦੀ ਹੋਵੇ, ਕਹਿ ਕੇ ਗੈਂ ਕਿਉਂ ਗਿਆ ਬੈਨ ਲੈ ਲਿਆ। ਤੁਹਾਨੂੰ ਹਜੇ ਪਤਾ ਨਹੀਂ ਇਸ ਬਾਰੇ ਥੋੜਾ? ਨਹੀਂ ਨਹੀਂ, ਖੁਸ਼ੀ ਖੁਸ਼ੀ ਦੀ ਗੱਲ ਕਰ ਰਹੇ, ਨਹੀਂ ਮੱਝ ਵੀ ਗਾ ਸਕਦੀ ਹੈ ਖੁਸ਼ੀ 'ਚ? ਨਹੀਂ ਮੱਝ ਨਹੀਂ। ਹਾਂਜੀ, ਮੱਝ ਕਿੱਦਾਂ ਗਾ ਸਕਦੀ? ਨਹੀਂ ਇਹ ਟੋਲ ਮੱਝ ਗਾ ਹੀ ਨਹੀਂ ਸਕਦੀ, ਗਾ ਸਕਦੀ ਨਹੀਂ ਗਾ ਸਕਦੀ। ਮੈਂ ਸੁਣਦਾ ਤੁਸੀਂ ਸਾਡੇ ਘਰ ਮੱਝ ਗਾਂਦੀ ਹੈਗੀਆਂ ਮੱਝਾਂ, ਅਸੀਂ ਪਿੰਡ 'ਚ ਮੱਝਾਂ ਰੱਖੀਆਂ, ਮੈਂ ਬਹੁਤ ਜ਼ੋਰ ਲਾਉਂਦੀਆਂ। ਓਹੋ, ਤੁਹਾਡੀਆਂ ਮੱਝਾਂ ਫਿਰ? ਸਾਡੀਆਂ ਮੱਝਾਂ ਸਾਡੀਆਂ ਜੀ, ਸਾਡੀਆਂ ਹੀ ਸਾਡੀਆਂ। ਹੋਰ ਸੁਣਾਓ, ਹੋਰ ਵਧੀਆ। ਪਰਿਵਾਰ 'ਚ ਕੌਣ ਕੌਣ ਹੈ ਜੀ? ਮੈਂ, ਮੇਰੇ ਦੋ ਬ੍ਰਦਰ, ਮੰਮਾ, ਪਾਪਾ ਐਕਸਪਾਇਰ। ਵਾਹ, ਕਿਰਪਾ ਕਰਨੀ, ਪਰਿਵਾਰ 'ਤੇ ਕੋਈ ਚੱਕਰ ਨਹੀਂ, ਆਪਾਂ ਸ਼ੇਰ ਬਣ ਕੇ ਰਹਿਣਾ। ਥੈਂਕ ਯੂ ਸੋ ਮੱਚ ਜੀ, ਖੜੋ ਜੀ, ਬਹੁਤ ਸੋਹਣਾ ਲਿਖਦੇ ਹੋ, ਬਹੁਤ ਸੋਹਣਾ ਗਾਉਂਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੰਦਾਂ ਹੀ ਵੇਖਿਆ, ਬਹੁਤ ਪੈਸੇ ਵਾਲੇ ਬੰਦੇ ਹੁੰਦੇ। ਥੈਂਕ ਯੂ। ਫਰੋਮ ਹਿਮਾਚਲ। ਬੱਲੇ ਬੱਲੇ, ਬਹੁਤ ਸੋਹਣੇ ਹਿਮਾਚਲ ਤੋਂ ਆਏ। ਕਿੱਥੋਂ ਹਿਮਾਚਲ? ਮੰਡੀ। ਮੰਡੀ, ਕਿੰਨੇ ਭੈਣ ਭਰਾ ਜੀ? ਮੇਰੇ ਤੋਂ ਛੋਟਾ ਮੇਰਾ ਭਾਈ ਹੈ, ਬੜੀ ਸਿਸਟਰ ਹੈ, ਮੇਰੇ ਫਾਦਰ ਹੈ, ਔਰ ਮੇਰੇ। ਮੈਂ ਭੈਣ ਭਰਾ ਪੁੱਛੇ ਜੀ ਆਪਣੇ ਸਭੀ, ਮਤਲਬ ਫੈਮਿਲੀ ਮੇਂ ਪੁੱਛਾ ਨਾ, ਤਾਂ ਫੈਮਿਲੀ ਮੇਂ ਤਾਂ ਮੰਮੀ ਪਾਪਾ ਵੀ ਆਤੇ ਹੈ। ਮੈਨੇ ਸਿਰਫ ਭਾਈ, ਔਰ ਮੇਰੀ ਇੱਕ ਛੋਟੀ ਸੀ ਬੇਬੀ ਵੀ ਹੈ। ਛੋਟੀ ਸੀ ਵਿਆਹ ਹੋਈ ਸੀ?
ਇੱਥੇ ਕਿਹੜਾ ਇਅਰ ਹੈ ਤੁਹਾਡਾ ਜੀ? 3rd ਇਅਰ ਹੈ। ਤੀਜਾ ਸਾਲ ਮਿਸ ਨਹੀਂ ਕਰਦੇ ਪਰਿਵਾਰ ਨੂੰ? ਬਹੁਤ ਜ਼ਿਆਦਾ ਮਿਸ ਕਰਤੀ ਹੂੰ। ਯਾਰ ਇੱਥੇ ਆ ਕੇ ਸਪੈਸ਼ਲੀ ਆਪਣੀ ਬੇਟੀ ਕੋ। ਹਾਂ ਹਾਂ ਘਰ ਵਾਲਾ ਉਨਕੋ ਵੀ ਕਰਤੀ ਹੂੰ। ਉਨਕੋ ਵੀ ਕਰਤੀ ਹੂੰ। ਉਨਕੋ ਵੀ ਕਰੋ ਯਾਰ ਮਿਸ। ਉਨਕੋ ਕਮ ਕਰਤੀ ਹੂੰ, ਆਪਣੀ ਬੇਟੀ ਕੋ ਜ਼ਿਆਦਾ ਕਰਤੀ ਹੂੰ। ਉਨਕੋ ਕਮ ਕਿਉਂ ਕਰਤੇ ਹੋ? मतलब हस्बैंड के साथ तो मिलना हो जाता है, बेटी लॉस के पास रहती है तो फिर वहाँ पे कम। बेटी सो रहे हैं कोड़ा? हाँ जी। okay, मेरे हस्बैंड चंडीगढ़ में जॉब करते हैं ना, सो दैट्स व्हाई मैं उन्हीं के पास जाती हूँ, घर कम जाती हूँ। ओके 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 इधर ओके ओके। बेबी मिस करता हूँ तो सारे नो? हाँ जी बहुत ज्यादा मिस करती है। ओके ओके चलो बहुत बढ़िया। टाइम देने होंगे? हाँ जी पूरा टाइम देते हैं। कितने तो कभी कभी नहीं भी देते, फिर गुस्सा आता है। फिर गुस्सा होता है, फिर टूट के बैठ जाते हो? हाँ जी बहुत ज्यादा। चलो ठीक है। अच्छा एक्ट करना है ना जी, थोड़े हस्बैंड का की नाम है? समरेल। मैं समरेल, मैं ਤੁਹਾਨੂੰ ਟਾਈਮ ਨਹੀਂ ਦਿੱਤਾ। ਠੀਕ ਹੈ ਜੀ, ਮੈਂ ਕਿਹਾ ਵੀ ਗੱਲ ਕਰੂੰਗਾ ਗੱਲ ਕਰੂੰਗਾ, ਮੈਂ ਮੀਟਿੰਗ 'ਚ ਬਿਜ਼ੀ ਹੋ ਗਿਆ ਨਾ। ਤੁਸੀਂ ਇਹ ਸੋਚਣਾ ਵੀ ਉਹ ਮੇਰਾ ਘਰ ਵਾਲਾ ਹੀ ਆ, ਹੁਣ ਉਹਨੇ ਚੱਕ ਲਿਆ, ਹੁਣ ਪੈ ਜਾਣਾ ਬਸ ਟੁੱਟ ਕੇ। ਕੁਛ ਨਹੀਂ ਸੁਣਨਾ, ਪਹਾੜੀ 'ਚ ਪੈ ਜਾਓ। ਹਾਂਜੀ ਇੱਥੇ ਟਾਈਮ ਕਿਉਂ ਲਗਾਇਆ ਫੋਨ ਉਠਾਣੇ ਮੈਂ? ਮੈਂ ਦੇਖ ਰਿਹਾ ਤਾਂ ਆਫੀ ਕਾ ਹੈ। ਅੱਛਾ ਤੂੰ ਇਹੜਾ ਦਿਖਾ ਦੇ ਪੇ ਮੇਰਾ ਫੋਨ ਆ, ਤੂੰ ਮੈਨੂੰ ਫੋਨ ਨਹੀਂ ਕਰ ਸਕਦੇ ਹੈ? ਕਿੰਨੀ ਦੇਰ ਆਈ ਆ ਤੁਹਾਡੇ ਫੋਨ ਨਾਲ ਵੇਟ ਕਰ ਰਹੀ ਸੀ, ਤੂੰ ਨਹੀਂ ਹਵਾ ਤਾਂ ਫੋਨ ਕਰਨਾ ਹੋਆ। ਸੋਚਿਆ ਤੇ ਕਿਹਾ ਗਲਾ ਦੇ ਕਹਿਣੀ ਹੈ, ਹੁਣ ਗਲਾ ਦੇ ਕਹਿਣੀ ਹੈ। ਹੁਣ ਸੋਚਿਆ ਤੇ ਕਿਹਾ ਹੁਣ ਗਲਾ ਦੇ ਕਹਿਣੀ ਹੈ, ਗਲਾਵਾ ਨਾ ਹੁਣ। ਗਲਾ ਗਲੇਵੇ? ਹਾਂਜੀ ਗਲਾਵਾ ਹੁਣ। ਕੌਣ ਹੈ ਗਲੇਵਾ? ਕੌਣ ਹੈ ਗਲੇਵਾ? ਨਹੀਂ ਗਲਾਵਾ ਹੁਣ। ਕਿਹੜੇ ਗਲੇਵੇ ਨੇ ਦੇਖਿਆ ਤੂੰ? ਮੇਰੇ ਹੁੰਦੇ ਤੈਨੂੰ ਕਿਹੜਾ ਗਲੇਵਾ ਦੇਖ ਸਕਦਾ? ਕੌਣ ਹੈ ਗਲੇਵਾ? ਤੂੰ ਹੋ ਸਮਝ ਨਹੀਂ ਆਂਦੀ। ਆ ਤੇ ਵਿਆਹ ਤੋਂ ਬਾਅਦ ਮੈਂ ਥੋੜੀ ਹੁੰਦੀ ਹੁੰਦੀ, ਵਿਆਹ ਤੋਂ ਬਾਅਦ ਤਾਂ। ਅੱਛਾ ਅੱਛਾ ਫਿਰ ਵਿਆਹ ਕਜੋ ਕੀਤੇ ਹੈ? ਨਹੀਂ ਆਂਦੀ ਸਮਝਦਾ। ਅੱਜ ਡਾਂਟ ਪਈ ਲੈਣਾ ਤੂੰ? ਅੱਜ ਡਾਂਟ ਪਈ ਮਿੰਜੂ ਤਾਂ ਨਹੀਂ ਪਈ, ਪਰ ਤੂੰ ਹੋ ਪੱਕੀ ਪੈਣੀ। ਤੂੰ ਆ ਪੱਕਾ ਪੱਕਾ। ਅੱਛਾ ਪਹਾੜੀ ਭਾਸ਼ਾ ਜੀ। ਓਕੇ ਓਕੇ ਉਲਝਾ ਲਿਆ। ਅੱਛਾ ਨਾਲੇ ਤਾਂ ਦੇਖੋ ਭਾਵੇਂ ਜੇ ਤੁਹਾਨੂੰ ਵੀ ਫਾਇਦਾ ਨਾ ਤਾਂ ਨਾ ਘੱਟ ਵੱਧ ਸਮਝ ਆਉਂਦੀ ਹੈ ਇਹਨਾਂ ਨੂੰ। ਉੱਧਰੋਂ ਜੇ ਤੁਹਾਡੇ ਹਸਬੈਂਡ ਜੀ ਆਫਿਸ 'ਚ ਬੈਠੇ ਹੋਣਗੇ ਭਾਵੇਂ ਗਾਲਾਂ ਪਈ ਜਾਣ ਉਹਨਾਂ ਨੂੰ, ਹਾਂਜੀ ਸਪੀਕਰ 'ਤੇ ਲੱਗਾ ਹੋਵੇ ਤਾਂ ਵੀ ਨਾਲ ਦੇ ਹੀ ਕਹਿਣਗੇ ਵੀ ਬੜਾ ਪਿਆਰ ਕਰਦੀ, ਵੀ ਘਰ ਵਾਲੀ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ, ਵਧੀਆ ਲੱਗਿਆ ਗੱਲ ਕਰਕੇ। ਬਾਬੇ ਤਰੱਕੀ ਦੇਣ, ਛੇਤੀ ਇਕੱਠੇ ਹੋਇਓ, ਬੇਬੀ ਨੂੰ ਬਹੁਤ ਸਾਰਾ ਪਿਆਰ, ਖੁਸ਼ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਮਨਪ੍ਰੀਤ। ਮਨਪ੍ਰੀਤ ਤੇ ਕਿੰਨਵਾਂ ਇਅਰ ਹੈ ਤੁਹਾਡਾ? 3rd ਇਅਰ। 3rd ਇਅਰ ਕਾਲਜ ਵਧੀਆ ਲੱਗਿਆ? ਹਾਂਜੀ ਬਹੁਤ ਵਧੀਆ। ਸਟਾਫ ਪੂਰਾ ਵਧੀਆ? ਹਾਂਜੀ। ਓਕੇ ਓਕੇ। ਤੁਹਾਡੇ ਸ਼ੌਂਕ? ਮੇਰਾ ਸ਼ੌਂਕ ਸ਼ੇਰੋ ਸ਼ਾਇਰੀ, ਡਾਂਸ। ਸ਼ੇਰੋ ਸ਼ਾਇਰੀ ਆਉਣ ਦਾ? ਉਹ ਯਾਰੀ ਉਹਦੇ ਨਾਲ ਨਹੀਂ ਕਦੇ ਲਾਉਣੀ ਚਾਹੀਦੀ ਜਿਹਨੂੰ ਆਪਣੇ ਆਪ ਤੇ ਗਰੂਰ ਹੋਵੇ। ਮਾਂ ਬਾਪ ਨੂੰ ਕਦੇ ਵੀ ਬੁਰਾ ਆਖੀਏ ਨਾ, ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ। ਮੰਦੇ ਰਸਤੇ ਕਦੇ ਵੀ ਚੱਲੀਏ ਨਾ, ਭਾਵੇਂ ਮੰਜ਼ਿਲ ਕਿੰਨੀ ਵੀ ਦੂਰ ਹੋਵੇ। ਬੁੱਲੇ ਸ਼ਾਹ ਦੇਵਤਾ ਉੱਥੇ ਦਈਏ ਜਿੱਥੇ ਵਾਅਦੇ ਨਿਭਾਉਣ ਦਾ ਦਸਤੂਰ ਹੋਵੇ, ਜਿੱਥੇ ਵਾਅਦੇ ਨਿਭਾਉਣ ਦਾ ਦਸਤੂਰ ਹੋਵੇ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣੇ ਲੱਗ ਰਹੇ ਜੀ, ਸ਼ਰਟ ਬਹੁਤ ਸੋਹਣੀ ਹੈ। ਹਾਂਜੀ ਤੇ ਅੰਦਰ ਮੈਨੂੰ ਪੁੱਛਦੇ ਸੀ ਵੀ ਤੂੰ ਕੀ ਕਹੇਗਾ, ਮੈਂ ਇਹ ਵੀ ਕਹਿਣਾ ਸੀਗਾ, ਮੈਂ ਅੰਦਰ ਤਾਂ ਨਹੀਂ ਕਿਹਾ ਜੀ ਵੀ ਸ਼ਰਟ ਦਾ ਰੰਗ ਥੋੜ੍ਹਾ ਜਿਹਾ ਬਹੁਤ ਫੱਬਦਾ ਜੀ। ਹਾਂਜੀ ਹਾਂਜੀ ਸੂਟ ਕਰ ਰਿਹਾ ਤੇ ਚਲੋ ਬਹੁਤ ਅੱਛੀ ਗੱਲ ਹੈ ਜੀ, ਤੁਹਾਨੂੰ ਖਰੀ ਲੱਗੀ। ਕੀ ਸ਼ੁਭ ਨਾਮ ਕੀ ਸਰ ਤੁਹਾਡਾ? ਮੇਰਾ ਨਾਮ ਸੁਖਦੇਵ ਸ਼ਰਮਾ ਜੀ। ਓਕੇ ਓਕੇ। ਸ਼ਰਮਾ ਸਰ ਕਦੋਂ ਸ਼ੁਰੂ ਕੀਤਾ ਜੀ? ਇਹ 2008 'ਚ ਸ਼ੁਰੂ ਕੀਤਾ। ਓਕੇ ਜੀ। ਕਿਹੜੇ ਏਮ ਨਾਲ ਤੁਸੀਂ ਇਸ ਐਜੂਕੇਸ਼ਨ ਫੀਲਡ ਵੱਲ ਆਏ? ਅਸੀਂ ਸਾਡਾ ਸ਼ੁਰੂ ਤੋਂ ਰੁਝਾਨ ਜਿਹੜਾ ਰਿਹਾ ਜੀ, ਇੱਕ ਸੋਸਾਇਟੀ ਹੈ ਚੈਰੀਟੇਬਲ ਸਾਡੀ ਜੀ, ਦੁਆਬਾ ਮੈਡੀਕਲ ਐਜੂਕੇਸ਼ਨ ਡਿਵੈਲਪਮੈਂਟ ਸਾਡੀ ਜਿਹੜੀ ਸੋਸਾਇਟੀ ਹੈ, ਹਾਂਜੀ ਉਹ ਬੱਚਿਆਂ ਨੂੰ ਐਜੂਕੇਸ਼ਨ ਦਿੰਦੀ ਹੈ। ਹਾਂਜੀ ਹਾਂਜੀ ਹਾਂਜੀ। ਚਲੋ ਬਹੁਤ ਵਧੀਆ। ਅੱਛਾ ਮੈਂ ਤੁਹਾਨੂੰ ਵਧਾਈ, ਤੁਸੀਂ ਵਧਾਈ ਦੇ ਪਾਤਰ ਹੋ ਜੀ। ਬੱਚੇ ਬਹੁਤ ਕ੍ਰੀਏਟਿਵ ਨੇ ਅਤੇ ਪੜ੍ਹਾਈ ਦੇ ਵਿੱਚ ਤਾਂ ਮੋਰੀ ਹੋਣਗੇ ਹੀ, ਅਤੇ ਐਕਸਟਰਾ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਬਹੁਤ ਅੱਗੇ ਨੇ, ਬਹੁਤ ਸੋਹਣਾ ਗਾਉਂਦੇ ਨੇ, ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਜੀ, ਅਤੇ ਬਹੁਤ ਵਧੀਆ ਬੱਚੇ ਨੇ ਤੁਹਾਡੇ ਕੋਲ ਸਾਰੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਬਾਕੀ ਇੱਕ ਵਾਰ ਮੈਂ ਫਿਰ ਕਹਿਣਾ ਵੀ ਸ਼ਰਟ ਬਹੁਤ ਸੋਹਣੀ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ ਜੀ? ਕੁਲਦੀਪ ਸ਼ਰਮਾ ਜੀ। ਸ਼ਰਮਾ ਸਰ, ਸਰ ਅੱਛਾ ਤੁਸੀਂ ਕਦੋਂ ਜੁਆਇਨ ਕੀਤਾ ਜੀ ਇਸ ਕਾਲਜ 'ਚ? ਇਕੱਠੇ ਨੇ ਸ਼ੁਰੂ ਕੀਤਾ ਜੀ? ਓਕੇ ਓਕੇ ਓਕੇ। ਅਤੇ ਹੁਣ ਤਾਂ ਇਕੱਠੇ ਆਏ ਹੋ ਜੀ? ਇਕੱਠੇ ਭਰਾਵਾਂ ਵਾਲਾ ਤੁਹਾਡਾ ਪਿਆਰ ਹੈ ਜੀ, ਸਕੇ ਸਕੇ ਭਰਾ ਜੀ, ਰੀਅਲ ਬ੍ਰਦਰ ਨੇ, ਬੱਲੇ ਬੱਲੇ ਜੀ, ਬਹੁਤ ਵਧੀਆ ਜੀ। ਸਾਡਾ ਬ੍ਰੇਕਫਾਸਟ, ਲੰਚ, ਡਿਨਰ ਸਾਰਾ ਇਕੱਠਾ ਹੁੰਦਾ। ਓਕੇ ਓਕੇ ਓਕੇ। ਬਹੁਤ ਬਹੁਤ ਵਧੀਆ ਜੀ, ਇਹ ਪਿਆਰ ਬਣਿਆ ਰਿਹਾ ਜੀ, ਅਤੇ ਮੈਂ ਤਾਂ ਹੀ ਸੋਚਦਾ ਸੀਗਾ ਵੀ ਘੜੀਆਂ ਵੀ ਤੁਹਾਡੀਆਂ ਇੱਕੋ ਜੀਆਂ। ਕੈਮਰਾ ਜ਼ਰੂਰ ਮਾਰੋ, ਅਮੀਰਾਂ ਦੀ ਨਿਸ਼ਾਨੀ ਰੱਖੋ।
ਤੇ ਜਿਹੜੀ ਚੀਜ਼ ਲੈ ਲੈਂਦਾ ਮੈਂ ਪਾ ਲੈਂਦਾ ਜੀ ਮੈਂ ਲੈ ਲੈਣਾ ਇਹ ਲੈ ਪਾ ਲੈਂਦਾ ਬਹੁਤ ਵਧੀਆ ਪਿਆਰ ਬਣਿਆ ਰਹੇ ਅੱਛਾ ਮੈਨੂੰ ਇੱਕ ਕਨਸੈਪਟ ਸਮਝਾਓ ਜੀ ਜਿਹੜੀ ਆਹ ਮੁੰਦਰੀ ਹੈ ਜੀ ਹਾਂਜੀ ਹਾਂਜੀ ਇਹ ਤੁਸੀਂ ਵੀ ਪਾਈ ਹੋਈ ਹੈ ਜੀ ਇਹ ਤੁਸੀਂ ਵੀ ਪਾਈ ਹੋਈ ਹੈ ਹਾਂਜੀ ਇਹ ਕੀ ਵਾਅਦਾ ਕਰਦੀ ਹੈ ਜੀ ਕੀ ਆਪਣਾ ਵਾਅਦਾ ਜੀ ਗੋਲਡ ਦਾ ਕੰਮ ਕਰਦੇ ਹਾਂ ਇਹਦੇ ਬਲ ਦੇਖ ਕੇ ਜਿੱਦਾਂ ਦੂਸਰੇ ਦੀ ਪਾਈ ਚੀਜ਼ ਖਰੀ ਲੱਗਦੀ ਹੈ ਨਾ ਅੱਛਾ ਤੁਹਾਡਾ ਗੋਲਡ ਦਾ ਕੰਮ ਹੈ ਬੱਲੇ ਬੱਲੇ ਕੋਈ ਚੇਂਜ ਕਿਉਂ ਨਹੀਂ ਕੋਈ ਚੇਂਜ ਕਿਉਂ ਨਹੀਂ ਬਣਵਾ ਲਿਆ ਇਹਨਾਂ ਨੇ ਕਹਿਣਾ ਯਾਰ ਕਿਹੜਾ ਆਇਆ ਮੰਗਤਾ ਨਹੀਂ ਨਹੀਂ ਚਲੋ ਵਾਧੇ ਵਾਧਾ ਹੁੰਦਾ ਰਹੇ ਬਾਬਾ ਜੀ ਇੱਦਾਂ ਹੀ ਮਿਹਰ ਰੱਖਣ ਜੀ ਅਤੇ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਅਤੇ ਅੱਛਾ ਤੁਹਾਡੇ ਦੋਨਾਂ ਦੇ ਵਿੱਚ ਤੁਹਾਡਾ ਬਚਪਨ ਵੀ ਇਕੱਠੇ ਲੰਘਿਆ ਹੋਊਗਾ ਤੁਸੀਂ ਇਕੱਠੇ ਨੇ ਸ਼ਰਾਰਤਾਂ ਵੀ ਕੀਤੀਆਂ ਹੋਣਗੀਆਂ ਤੁਹਾਡੇ ਦੋਨਾਂ 'ਚ ਵੱਧ ਸ਼ਰਾਰਤੀ ਕੌਣ ਸੀ ਅੱਛਾ ਕੋਈ ਇਹੋ ਜਿਹੀ ਸ਼ਰਾਰਤ ਜਦੋਂ ਤੁਹਾਡੇ ਫਾਦਰ ਸਾਹਿਬ ਤੋਂ ਹੈ ਕਿਉਂਕਿ ਕਹਿੰਦੇ ਮਾਂ ਪਿਓ ਦੀਆਂ ਗਾਲਾਂ ਦੁੱਧ ਪਿਓ ਦੀਆਂ ਨਾਲ ਆ ਹੈ ਨਾ ਜੇ ਇਹ ਗਾਲਾਂ ਨਾ ਮਿਲਣ ਤਾਂ ਬੰਦਾ ਇੰਪਰੂਵ ਨਹੀਂ ਕਰਦਾ ਜ਼ਿੰਦਗੀ ਦੇ ਵਿੱਚ ਹੈ ਨਾ ਜੀ ਜਿੱਥੇ ਬੱਚੇ ਸ਼ਰਾਰਤਾਂ ਵੀ ਜ਼ਰੂਰੀ ਉੱਥੇ ਗਾਲਾਂ ਵੀ ਜ਼ਰੂਰੀ ਨੇ ਤੁਹਾਡੇ ਦੋਨਾਂ ਨੂੰ ਪਾਪਾ ਜੀ ਤੋਂ ਤੁਹਾਡੇ ਜਿਹੜੇ ਫਾਦਰ ਸਾਹਿਬ ਸੀਗੇ ਕਹਿੰਦੇ ਝਿੜਕ ਪਈ ਹੋਵੇ ਕੋਈ ਉਹ ਸ਼ਰਾਰਤ ਕੀਤਾ ਤੁਹਾਨੂੰ ਕੋਈ ਇਹੋ ਜਿਹੀ ਚਲੋ ਬਹੁਤ ਵਧੀਆ ਅਤੇ ਮਾਲਕ ਇੱਥੇ ਤੁਹਾਡਾ ਪਿਆਰ ਬਣਾਈ ਰੱਖਿਓ ਜੀ ਵੱਡੀ ਗੱਲ ਪਿਆਰ ਭਰਾਵਾਂ ਦਾ ਐਂ ਬਣੇ ਰਹੇ ਬਹੁਤ ਵਧੀਆ ਲੱਗਿਆ ਜੀ ਮੈਨੂੰ ਅਤੇ ਥੈਂਕ ਯੂ ਸੋ ਮਚ ਜੀ ਬਾਕੀ ਜਾਂਦੇ ਜਾਂਦੇ ਮੈਂ ਫਿਰ ਕਹਿਣਾ ਵੀ ਸ਼ਰਟ ਮੈਂ ਕਹਿੰਦਾ ਸ਼ਰਟ ਦੇ ਹੀ ਦਿਓ ਨਹੀਂ ਥੈਂਕ ਯੂ ਸਰ ਜੀ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਕੋਰ ਕਮੇਟੀ ਦੇ ਮੈਂਬਰ ਧਾਮੀ ਸਰ ਸਾਡੇ ਨਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਅਤੇ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਵਧੀਆ ਚੱਲ ਰਹੀ ਲਾਈਫ ਮਾਸ਼ਾ ਅੱਲਾਹ ਅਤੇ ਕਾਲਜ ਨਾਲ ਤੁਹਾਡਾ ਨਾਤਾ ਹੈ ਨਾ ਜੀ ਪਿਆਰ ਬਣਿਆ ਹੋਇਆ ਬਿਲਕੁਲ ਬਿਲਕੁਲ ਅਤੇ ਕਿੱਦਾਂ ਦਾ ਰੂਟੀਨ ਹੈ ਕਿੰਨਾ ਕੁ ਟਾਈਮ ਕਾਲਜ ਦੇ ਵਿੱਚ ਦਿੰਦੇ ਹੋ ਜੀ ਇਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਇਲਾਕੇ ਲਈ ਬੜੀ ਮਾਣ ਦੀ ਗੱਲ ਹੈ ਕਿ ਇਸ ਇਲਾਕੇ 'ਚ ਇਹ ਭਾਰਤ ਨਰਸਿੰਗ ਕਾਲਜ ਖੁੱਲ੍ਹਿਆ ਬਹੁਤ ਦੇਰ ਤੋਂ ਔਰ ਇਸ ਏਰੀਏ ਦੇ ਬੱਚੇ ਔਰ ਬਹੁਤ ਬਹੁਤ ਦੂਰੋਂ ਬੱਚੇ ਆ ਰਹੇ ਨੇ ਔਰ ਬਹੁਤ ਅੱਛੇ ਤਰੀਕੇ ਨਾਲ ਬਹੁਤ ਵਧੀਆ ਟੀਚਰ ਨੇ ਔਰ ਪੜ੍ਹਾਈ ਹੋ ਰਹੀ ਆ ਅਤੇ ਬੱਚਿਆਂ ਦਾ ਬਹੁਤ ਫਾਇਦਾ ਹੋ ਰਿਹਾ ਐਜੂਕੇਸ਼ਨ ਦੇ ਏਰੀਆ ਵਿੱਚ ਲਾਈਨ ਦੇ ਵਿੱਚ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਇਹਨਾਂ ਨੇ ਇੱਥੇ ਕਾਲਜ ਖੋਲ੍ਹਿਆ ਔਰ ਮੈਂ ਹਮੇਸ਼ਾ ਬੱਚਿਆਂ ਲਈ ਕਹਿ ਲਓ ਔਰ ਸ਼ਰਮਾ ਜੀ ਦਾ ਜਦੋਂ ਹੁਕਮ ਹੁੰਦਾ ਹੈ ਕੋਈ ਵੀ ਜਦੋਂ ਪ੍ਰੋਗਰਾਮ ਕਰਾਉਣਾ ਹੁੰਦਾ ਕਿਉਂਕਿ ਆਪਣੀ ਲਾਈਨ ਹੈ ਸੋ ਮੈਂ ਸੇਵਾ 'ਚ ਹਾਜ਼ਰ ਰਹਿੰਦਾ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਸੀਂ ਇੱਦੀ ਸੇਵਾ ਕਰਦੇ ਰਹੋ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਮਿਹਰਬਾਨੀ ਤੇਰਾ ਹੀ ਛੱਡ ਵਾਲੇ ਨਹੀਂ ਕਮੈਂਡਰ ਤੁਹਾਡੀ ਵੱਧ ਸੋਹਣੀ ਹੈ ਜੀ ਨਹੀਂ ਨਹੀਂ ਇਹਨਾਂ ਦੀ ਵੀ ਸੋਹਣੀ ਹੈ ਪਰ ਇੱਧਰ ਇੱਧਰ ਜ਼ਿਆਦਾ ਸੋਹਣੀ ਨਹੀਂ ਬਹੁਤ ਵਧੀਆ ਤਿੰਨੇ ਬਹੁਤ ਵਧੀਆ ਲੱਗ ਰਹੇ ਹੋ ਇਹ ਤਾਂ ਚਲੋ ਇਹ ਤਾਂ ਭਰਾ ਹੀ ਤੁਹਾਡੀ ਹੋਈ ਹੈ ਤਾਂ ਥੈਂਕ ਯੂ ਵਧੀਆ ਵਧੀਆ ਲੱਗੇ ਗੱਲ ਕਰਕੇ ਅੱਛਾ ਸਰ ਹੁਣ ਓਬਜ਼ਰਵ ਕਰ ਰਹੇ ਆ ਵੀ ਕਿਹਦੀ ਕਿਹਦੀ ਸ਼ਰਟ ਬਾਰੇ ਕਹਿੰਦਾ ਹੈ ਸਾਡੇ ਤੁਹਾਡੀ ਬਹੁਤ ਵਧੀਆ ਲੱਗਦੀ ਬਸ ਠੀਕ ਹੈ ਆਪਾਂ ਕਰ ਲੈਣਾ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਵਾਈਸ ਪ੍ਰਿੰਸੀਪਲ ਮੈਡਮ ਤੁਹਾਡਾ ਸ਼ੁਭ ਨਾਮ ਜੀ ਮਿਸਿਸ ਸੁਖਵਿੰਦਰ ਸੁਖਵਿੰਦਰ ਮੈਮ ਮੈਮ ਯੂਥ ਨਾਲ ਤੁਹਾਡਾ ਰਾਬਤਾ ਰਹਿੰਦਾ ਜੀ ਜੀ ਬਿਲਕੁਲ ਹਾਂਜੀ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣੇ ਹੋ ਕਿਉਂਕਿ ਇਹ ਪ੍ਰੋਗਰਾਮ ਵੱਡੇ ਤਾਂ ਦੇਖਦੇ ਹੀ ਹੈ ਜੀ ਯੂਥ ਬਹੁਤ ਜੁੜਿਆ ਹੋਇਆ ਤੁਹਾਡੇ ਸ਼ੋਅ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈ ਕਿ ਜੋ ਵੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਉਹਨਾਂ ਨੂੰ ਜੋ ਵੀ ਮਤਲਬ ਲੱਗ ਰਿਹਾ ਕਿ ਜੋ ਵੀ ਇੱਥੋਂ ਦੇ ਕੌਨਫਲਿਕਟਸ ਨੇ ਫਰਸਟ੍ਰੇਸ਼ਨ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਲਦੀ ਹੁੰਦੇ ਨੇ ਮਤਲਬ ਲਿਟਲ ਬਿਟ ਗੱਲ ਨੂੰ ਲੈ ਕੇ ਮਤਲਬ ਪੇਰੈਂਟਸ ਦੇ ਅਗੇਂਸਟ ਜਾਂਦੇ ਆ ਔਰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪੇਰੈਂਟਸ ਵਟ ਐਵਰ ਦੇ ਆਰ ਡੂਇੰਗ ਬੈਸਟ ਕਰ ਰਹੇ ਨੇ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਸ਼ਾਰਟਕਟ ਯੂਥ ਭਾਲਦਾ ਕਿੰਨੇ ਸਾਲ ਤੋਂ ਸੇਵਾ ਨਿਭਾ ਰਹੇ ਹੋ ਜੀ ਇੱਥੇ ਮੈਂ 2013 ਤੋਂ ਕਰੀ ਹੈ 2013 ਜੀ ਪਹਿਲਾਂ ਬਹੁਤ ਵਧੀਆ ਜੀ ਸੇਵਾ ਇਸੇ ਤਰ੍ਹਾਂ ਨਿਭਦੀ ਰਹੇ ਬਹੁਤ ਵਧੀਆ ਲੱਗੇ ਗੱਲ ਕਰਕੇ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭ ਨਾਮ ਜੀ ਅਲਪਨਾ ਸ਼ਰਮਾ ਅਲਪਨਾ ਸ਼ਰਮਾ ਅਲਪਨਾ ਸ਼ਰਮਾ ਸੋਰੀ ਹਾਂਜੀ ਓਕੇ ਵੀ ਤੁਸੀਂ ਕਿਹੜਾ ਸਬਜੈਕਟ ਪੜਾਉਂਦੇ ਹੋ ਜੀ ਓਬੀਸੀ ਕਹਿੰਦੇ ਅੱਛਾ ਜੀ ਕਦੋਂ ਪੜਾਉਣ ਲੱਗੇ ਜੀ ਅਭੀ ਇਸੀ ਇਅਰ ਸੇ ਸਟਾਰਟ ਕੀਆ ਹੈ ਇਸੀ ਇਅਰ ਸੇ ਸਟਾਰਟ ਕੀਆ ਹੈ ਜਲਦੀ ਪੜਾਉਣ ਲੱਗੇ ਜੀ ਬਹੁਤ ਵਧੀਆ ਅਭੀ ਪਾਸ ਆਊਟ ਕੀਆ ਨਾ ਅੱਛਾ ਅਭੀ ਪਾਸ ਯਹੀ ਸੇ ਕੀਆ ਨਹੀਂ ਨਹੀਂ ਪਠਾਨਕੋਟ ਸੇ ਓਕੇ ਓਕੇ ਚਲੋ ਬਹੁਤ ਵਧੀਆ ਲੱਗੇ ਜੀ ਕਾਲਜ ਹਾਂਜੀ ਵਧੀਆ ਲੱਗਿਆ ਕਾਲਜ ਦੀ ਫੈਕਲਟੀ ਗੁੱਡ ਹਾਂਜੀ ਤੁਸੀਂ ਡਾਂਟਦੇ ਵੀ ਹੋ ਹਾਂਜੀ ਡਾਂਟਦੇ ਵੀ ਹਾਂ ਡਾਂਟਦੇ ਮੈਡਮ ਨਹੀਂ ਨਹੀਂ ਨੰਬਰ ਸਭ ਦੇ ਲੱਗ ਜਾਣਗੇ ਡਿਸਿਪਲਿਨ ਮੇਨਟੇਨ ਕਰਦੇ ਹੋ ਹਾਂਜੀ ਬਹੁਤ ਵਧੀਆ ਜੀ ਕਰਨਾ ਚਾਹੀਦਾ ਹਨਾ ਥੋੜੀ ਥੋੜੀ ਖੁੱਲ ਕਿਤੇ ਨਾ ਕਿਤੇ ਥੋੜਾ ਥੋੜਾ ਡਿਸਿਪਲਿਨ ਹਨਾ ਦੋਵੇਂ ਚੀਜ਼ਾਂ ਬੈਲੈਂਸ ਬਣਾ ਕੇ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਜੀ ਵਧੀਆ ਲੱਗਿਆ ਗੱਲ ਕਰਕੇ ਧੰਨਵਾਦ ਤੁਹਾਡਾ ਆਓ ਜੀ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ ਵੀ ਕਾਹਦੀਆਂ ਜੀ ਅੱਜ ਪ੍ਰੋਗਰਾਮ ਹੋ ਰਿਹਾ ਨਹੀਂ ਮੈਂ ਵਿਆਹ ਦੇ ਦੇ ਜਾਂਦਾ ਜੀ ਤੁਹਾਡੇ ਸ਼ੌਂਕ ਜੀ ਕੋਈ ਕਲਚਰਲ ਐਕਟੀਵਿਟੀਜ਼ ਵਾਲੇ ਪਾਸੇ ਕੋਈ ਗਾਉਣ ਦਾ ਕੋਈ ਸ਼ਾਇਰੋ ਸ਼ਾਇਰੀ ਸਿੰਗਿੰਗ ਸਿੰਗਿੰਗ ਜ਼ਰੂਰ ਕਿਉਂਕਿ ਟੀਚਰ ਕਿਤੇ ਨਾ ਕਿਤੇ ਸੁਮੇਲ ਹੁੰਦਾ ਹੈ ਨਾ ਜੀ ਹਾਂਜੀ
ਐਵੇਂ ਨਾ ਲੜਿਆ ਕਰ ਡੋਲਾ ਵੇ ਤੇਰੇ ਸਹਿਰਿਆਂ ਨਾਲ ਵੀ ਆਈ ਹੋਈਆਂ ਐਵੇਂ ਨਾ ਲੜਿਆ ਕਰ ਡੋਲਾ ਵੇ ਤੇਰੇ ਸਹਿਰਿਆਂ ਨਾਲ ਵੀ ਆਈ ਹੋਈਆਂ ਤੂੰ ਨਿੱਤ ਰੋਜ਼ ਤੱਕ ਰੱਬ ਜਾਣੇ ਕਿਹੜੀ ਸੌਂਕਣ ਦੇ ਕੋਲ ਰਹਿਣਾ ਏ ਵੇ ਮੈਂ ਡਰਦੀ ਪੁੱਛ ਬੈਠਾ ਤੂੰ ਵੱਡ ਖਾਣ ਨੂੰ ਪਹਿਨਾ ਏ ਮੇਰੀ ਨਣਦ ਮਾਰਦੀ ਨਿੱਤ ਤਾਨੇ ਸੱਚਾਈ ਹੈ ਜੀ ਤੇਰੇ ਮਾਪਿਆਂ ਨਾਲ ਆਈ ਹੋਈਆਂ ਐਵੇਂ ਨਾ ਲੜਿਆ ਕਰ ਡੋਲਾ ਵੇ ਤੇਰੇ ਸਹਿਰਿਆਂ ਨਾਲ ਵੀ ਆਈ ਹੋਈਆਂ ਵਿਆਹ ਤੋਂ ਬਾਅਦ ਹਨਾ ਲੇਡੀ ਵੀ ਗਾਣੇ ਗਾਉਂਦੀ ਹੈ ਜੀ ਬੰਦਾ ਤਾਂ ਗਾਣੇ ਖਤਮ ਹੋਏ ਨੇ ਥੈਂਕ ਯੂ ਸੋ ਮਚ ਜੀ ਵਧੀਆ ਲੱਗਿਆ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੜ ਲਓ ਜੀ ਮਾਈਕ ਜੀ ਬੇਨਤੀ ਹੋਈ ਹੈ ਕੀ ਨਾਂ ਤੁਹਾਡਾ ਮਨਪ੍ਰੀਤ ਮੈਮ ਕਿੰਨਾ ਚਿਰ ਹੋ ਗਿਆ ਪੜ੍ਹਾਉਂਦੇ ਨੂੰ ਮੈਨੂੰ 1.5 ਇਅਰ ਹੋ ਗਿਆ 1.5 ਇਅਰ ਹੋ ਗਿਆ ਓਕੇ ਓਕੇ ਅਤੇ ਤੁਸੀਂ ਕਿੱਥੋਂ ਪੜ੍ਹਾਈ ਪੂਰੀ ਕੀਤੀ ਜੀ ਮੈਂ ਇੱਥੋਂ ਵੀ ਕੀਤੀ ਹੋਈ ਆ ਅਤੇ ਜਲੰਧਰ ਐਸ ਜੀ ਆਰ ਇੱਥੋਂ ਵੀ ਪੜ੍ਹੇ ਹੋਏ ਜੀ ਬਹੁਤ ਵਧੀਆ ਅੱਛਾ ਉਸੇ ਥਾਂ ਤੋਂ ਪੜ੍ਹ ਕੇ ਫਿਰ ਉਸੇ ਥਾਂ 'ਤੇ ਪੜ੍ਹਾਉਣਾ ਕਿੱਦਾਂ ਦੀ ਫੀਲਿੰਗ ਹੈ ਵਧੀਆ ਲੱਗਦਾ ਵਧੀਆ ਲੱਗਦਾ ਇੱਥੋਂ ਅਸੀਂ ਪੜ੍ਹੇ ਹੋਏ ਹਾਂ ਇਹ ਵੀ ਹੁੰਦਾ ਵੀ ਜਿਹੜੀ ਜਿੰਨੀ ਕੁ ਡਾਂਟ ਮੈਂ ਖਾਧੀ ਸੀ ਉੰਨੀ ਕੁ ਮਾਰੂ ਉਹ ਤਾਂ ਹੁੰਦਾ ਹੀ ਆ ਇਹ ਤਾਂ ਹੁੰਦਾ ਯਾਰ ਜਿੰਨੀ ਕੁ ਆਪਣੇ ਆਪ ਨੂੰ ਪਈ ਉੰਨੀ ਕੁ ਹੁਣ ਨਾ ਠੀਕ ਹੈ ਅੱਛਾ ਤੁਹਾਨੂੰ ਡਾਂਟ ਪਈ ਤਾਂ ਹੀ ਆਪਾਂ ਪ੍ਰੋਫੈਸਰ ਲੱਗ ਗਏ ਨਾ ਉਹ ਡਾਂਟ ਜ਼ਰੂਰੀ ਸੀ ਕਿਤੇ ਨਾ ਕਿਤੇ ਨਾ ਤੁਹਾਡਾ ਫਿਊਚਰ ਵਧੀਆ ਹੋ ਗਿਆ ਹੁਣ ਤੁਸੀਂ ਇਹਨਾਂ ਨੂੰ ਜੇ ਡਾਂਟ ਮਾਰਦੇ ਹੋ ਤੁਸੀਂ ਸਾਰੀਆਂ ਪ੍ਰੋਫੈਸਰ ਦੀਆਂ ਲੱਗ ਜਾਓਗੀਆਂ ਸੋ ਡਾਂਟ ਖਾ ਲਿਆ ਕਰੋ ਵੈਸੇ ਨਾ ਕਰੋ ਹੈ ਨਾ ਜੀ ਠੀਕ ਹੈ ਨਾ ਜੀ ਗੱਲ ਤੁਹਾਡੇ ਸ਼ੌਂਕ ਜੀ ਬਸ ਟੀਚਿੰਗ ਫਿਰ ਤੁਹਾਡਾ ਇਹੀ ਏਮ ਸੀਗਾ ਵੀ ਪੜ੍ਹਾਉਣ ਵਾਲੇ ਪਾਸੇ ਜਾਣਾ ਹਾਂ ਟੀਚਿੰਗ ਮੇਰਾ ਏਮ ਹੈ ਓਕੇ ਓਕੇ ਪਰਿਵਾਰ 'ਚ ਕੌਣ ਕੌਣ ਨੇ ਜੀ ਮੰਮੀ ਪਾਪਾ ਬ੍ਰਦਰ ਓਕੇ ਉਹ ਕੀ ਕਰਦੇ ਨੇ ਜੀ ਫਾਰਮਰ ਐਗਰੀਕਲਚਰ ਓਕੇ ਖੇਤੀਬਾੜੀ ਬਹੁਤ ਵਧੀਆ ਬਹੁਤ ਵਧੀਆ ਅੰਨਦਾਤਾ ਹੈ ਨਾ ਜੀ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਵਧੀਆ ਲੱਗਿਆ ਗੱਲ ਕਰਕੇ ਪੜ੍ਹਾਉਂਦੇ ਰਹੋ ਸੇਵਾ ਕਰਦੇ ਰਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਆਕਾਂਸ਼ਾ ਆਕਾਂਸ਼ਾ ਜੀ ਕੀ ਕੀ ਪਾਇਆ ਜੀ ਮੈਂ ਕੀ ਕਹਤੇ ਇਸ ਕੋ ਉਹ ਹੱਸੋ ਮੈਂ ਇਹ ਪੁੱਛ ਰਿਹਾ ਵੀ ਜੇ ਦੁਕਾਨਦਾਰ ਤੇ ਕੱਲ ਨੂੰ ਮੇਰਾ ਵੀ ਵਿਆਹ ਹੋਣਾ ਹਨਾ ਮੇਰੇ ਵੀ ਕੋਈ ਪੱਲੇ ਪਊਗੀ ਫਿਰ ਜੇ ਮੈਂ ਉਹਨੂੰ ਕੋਈ ਲੈ ਕੇ ਦੇਣਾ ਹੋ ਮੈਂ ਕੀ ਕਹਾਂ ਵੀ ਇਹ ਲੈ ਦੋ ਕੀ ਕਹਿਣਾ ਕੀ ਇਹਨੂੰ ਸੂਟ ਤਾਂ ਕਹਿੰਦੇ ਨੇ ਇਹਨੂੰ ਕੁੜਤਾ ਹੀ ਬੋਲਤੇ ਲੌਂਗ ਅੱਛਾ ਲੌਂਗ ਕੁੜਤਾ ਜਿਹੜਾ ਗਿੱਟੇ ਤੱਕ ਜਾਵੇ ਹੈ ਜੀ ਚਲੋ ਬਹੁਤ ਵਧੀਆ ਸੋਹਣੇ ਲੱਗ ਰਹੇ ਹੋ ਜੀ ਜੱਚ ਰਿਹਾ ਤੁਹਾਨੂੰ ਇਹ ਤੇ ਕੀ ਪੜ੍ਹਾਉਂਦੇ ਹੋ ਤੁਸੀਂ ਪੀਡੀਆਟ੍ਰਿਕਸ ਚਾਈਲਡ ਹੈਲਥ ਨਰਸਿੰਗ ਅੱਛਾ ਜੀ ਇੱਥੋਂ ਹੀ ਪੜ੍ਹੇ ਹੋ ਤੁਸੀਂ ਵੀ ਨਹੀਂ ਪਠਾਨਕੋਟ ਸੇ ਓਕੇ ਤੁਹਾਡਾ ਏਮ ਇਹੀ ਸੀਗਾ ਹਾਂਜੀ ਕਿ ਕੋਈ ਏਮ ਕੋਈ ਹੋਰ ਵੀ ਸੀਗਾ ਨਹੀਂ ਇਹੀ ਏਮ ਸੀਗਾ ਕਿ ਪੜ੍ਹਾਉਣ ਵਾਲੇ ਪਾਸੇ ਜਾਣਾ ਹਾਂਜੀ ਓਕੇ 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 ਕਿੰਨੇ ਵਜੇ ਆਉਂਦੇ ਹੋ ਸਵੇਰੇ 9 ਵਜੇ ਸੇ ਪਹਿਲੇ ਆਤੇ ਓਕੇ 8:30 ਆ ਗਏ ਕਿੰਨੇ ਵਜੇ ਚਲ ਗਏ 4 ਵਜੇ 4 ਵਜੇ ਚਲ ਗਏ ਠੀਕ ਹੈ ਰੂਟੀਨ ਇਦਾਂ ਦੀ ਹੋਣੀ ਚਾਹੀਦੀ ਬਹੁਤੀ ਬਹੁਤਾ ਬਰਡਨ ਤਾਂ ਨਹੀਂ ਹੈਗਾ ਨਹੀਂ ਸਰ ਠੀਕ ਹੈ ਇੰਨੀ ਹਨਾ ਤੁਸੀਂ ਸੈਟੀਸਫਾਈ ਹੋ ਹਾਂਜੀ ਸਰ ਓਕੇ ਓਕੇ ਇਹ ਕੁਦਰਤੀ ਅੱਖਾਂ ਹੈ ਕਿ ਲੈਂਸ ਪਾਇਆ ਹਾਂਜੀ ਐਸੀ ਹੈ ਇਹ ਬੜੀ ਜੀਬ ਗੱਡੀ ਹੈ ਜੀ ਅੱਛਾ ਨਹੀਂ ਮੈਂ ਉਹ ਪੁੱਛਿਆ ਜੀ ਓਕੇ ਓਕੇ ਕੁਦਰਤੀ ਹੈ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਲੋਕ ਦੇਖੋ ਇੰਨੇ ਪੈਸੇ ਲਾ ਕੇ ਲੈਂਸ ਪਾਉਂਦੇ ਆ ਇਹ ਬਾਬੇ ਨੇ ਪਹਿਲਾਂ ਦਿੱਤੀਆਂ ਹੋਈਆਂ ਹੋਰ ਤੁਹਾਡੇ ਸ਼ੌਂਕ ਸਭ ਕੁਝ ਠੀਕ ਹੈ ਹੁਣ ਚੱਲੀਏ ਬਸ ਹਨਾ ਇਹ ਬਹੁਤ ਭਕਾਈ ਮਾਰ ਰਿਹਾ ਇਹ ਆਪਾਂ ਚੱਲੀਏ ਚਲੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਪੜ੍ਹਾਉਂਦੇ ਰਹੋ ਥੈਂਕ ਯੂ ਸੋ ਮਚ ਜੀ ਲੰਬੇ ਲੰਬੇ ਕੁੜਤੇ ਪਾਉਂਦੇ ਰਹੋ ਖੜੋ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਸੰਦੀਪ ਸੰਦੀਪ ਜੀ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਜਲੰਧਰ ਤੋਂ ਹੀ ਜਲੰਧਰ ਤੋਂ ਹੀ ਹਾਂਜੀ ਤੇ ਕਿੱਦਾਂ ਦਾ ਲੱਗਿਆ ਜੀ ਕਾਲਜ ਬਹੁਤ ਵਧੀਆ ਸਟਾਫ ਦੇ ਵਿੱਚੋਂ ਸਭ ਤੋਂ ਬੈਸਟ ਫਰੈਂਡ ਕੌਣ ਹੈ ਤੁਹਾਡੇ ਐਕਚੁਅਲ ਸਰ ਮਨਪ੍ਰੀਤ ਹੈ ਥੋੜੇ ਸਟਾਫ 4 ਹੈ ਅਸੀਂ ਇਕੱਠੇ ਪੜ੍ਹੇ ਆ ਅੱਛਾ ਪੜ੍ਹੇ ਵੀ ਇਕੱਠੇ ਹੋ ਜੀ ਹਾਂਜੀ ਇਕੱਠੇ ਪੜਾਉਣ ਲੱਗੇ ਜੀ ਹਾਂਜੀ ਓਕੇ 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 ਇਹ ਵਾਲੇ ਮੈਡਮ ਹਾਂਜੀ ਮਨਪ੍ਰੀਤ ਇਹਨਾਂ ਦਾ ਪਲੱਸ ਪੁਆਇੰਟ ਕੀ ਹੈ ਜੀ ਪਲੱਸ ਪੁਆਇੰਟ ਇਹ ਨੇਚਰ ਬਹੁਤ ਨਾਈਸ ਆ ਕੂਲ ਨੇਚਰ ਹੈ ਅੱਛਾ ਕੂਲ ਹੈ ਅਜਾ ਕੂਲ ਨੇਚਰ ਹੈ ਨਾ ਕੂਲ ਠੰਡਕ ਬੜੀ ਨੇਚਰ ਹੈ ਨਾ ਜਿੱਦਾਂ ਅੱਜ ਮੌਸਮ ਸੀਗਾ ਹਾਂਜੀ ਜਿੱਦਾਂ ਅੱਜ ਮੌਸਮ ਸੀਗਾ ਮੌਸਮ ਦੇ ਨਾਲ ਦੀ ਨੇਚਰ ਹੈ ਕਿਤੇ ਇਹ ਤਾਂ ਨਹੀਂ ਮੌਸਮ ਦੇ ਨਾਲ ਨੇਚਰ ਬਦਲ ਜਾਂਦੀ ਹੈ ਨਹੀਂ 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 ਮੌਸਮ ਚਾਹੇ ਗਰਮ ਰਹੇ ਠੰਡੀ ਰਹੇਗੀ ਇਹ ਠੰਡੀ ਰਹਿੰਦੀ ਹੈ ਅੱਛਾ ਇਹਨਾਂ ਦਾ ਇੱਕ ਕਮਜ਼ੋਰੀ ਹੈ ਇਹਨਾਂ ਦੀ ਇਹ ਬੱਚੇ ਵਾਂਗੂ ਛੱਤੀ ਰੋ ਪੈਂਦੀ ਹੈ ਅੱਛਾ ਛੱਤੀ ਰੋ ਪੈਂਦੀ ਹੈ ਇਮੋਸ਼ਨਲ ਨਹੀਂ ਯੈਸ ਓਏ ਹੋਏ ਮੈਡਮ ਜੀ ਨਹੀਂ 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 ਰੋਣਾ ਨਹੀਂ ਰੋਣਾ ਨਹੀਂ ਅੱਛਾ ਇਹ ਤਾਂ ਤੁਹਾਡੇ ਬੈਸਟ ਫਰੈਂਡ ਨੇ ਹਨ ਅੱਛਾ ਇਹਨਾਂ ਦਾ ਪਲੱਸ ਪੁਆਇੰਟ ਕੀ ਹੈ ਇਹ ਬਹੁਤ ਜ਼ਿਆਦਾ ਫਰੈਂਕ ਹੈ ਮੇਰੇ ਨਾਲ ਮਤਲਬ ਆਪਾਂ ਹਰ ਇੱਕ ਗੱਲ ਸ਼ੇਅਰ ਕਰਦੇ ਹਾਂ ਇੱਕ ਦੂਸਰੇ ਨਾਲ ਓਕੇ ਓਕੇ ਮਤਲਬ ਕਿ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਹਨਾ ਤੁਸੀਂ ਵਿਚਾਰ ਕਰਨਾ ਹੋਵੇ ਸਲਾਹ ਲੈਣੀ ਹੋਵੇ ਤਾਂ ਇਹ ਤੁਹਾਡਾ ਦੋਸਤ ਕਰੀਬੀ ਦੋਸਤ ਹੈ ਹਨਾ ਹਮੇਸ਼ਾ ਹੈਲਪ ਕਰਦੀ ਮੈਂ ਓਕੇ ਜੀ ਸਹੀ ਸਹੀ رائے ਦਿੰਦੇ ਹਾਂ ਬਿਲਕੁਲ ਓਕੇ ਓਕੇ ਤੇ ਵਨ ਕਮਜ਼ੋਰੀ ਸੇਮ ਇਹ ਵੀ ਇਹ ਜਦੋਂ ਮੈਂ ਰੋਵਾਂ ਮੈਨੂੰ ਚੁੱਪ ਨਹੀਂ ਕਰਦੀ ਜਦੋਂ ਮੈਂ ਰੋਣੀ ਹੈ ਨਾ ਇਹ ਹੱਸਦੀ ਹੈ ਇਹ ਮੈਨੂੰ ਚੁੱਪ ਨਹੀਂ ਕਰਾਉਂਦੀ ਇਹੀ ਹੈ ਹਾਂਜੀ
ਮਤਲਬ ਕੋਈ ਵੀ ਛੋਟੀ ਪ੍ਰੋਬਲਮ ਹੋਵੇ ਜਲਦੀ ਉਹਨੂੰ ਦਿਲ ਤੇ ਲਗਾ ਦੇ। ਇਹ ਵੀ ਰੋਂਦੇ ਆ? ਰੋਂਦੇ ਤਾਂ ਨਹੀਂ, ਮਤਲਬ ਵੈਸੇ ਸੈਡ ਰੋਂਦੇ ਨਹੀਂ, ਇਹ ਦਿਲ ਤੇ ਲੱਗਦੇ ਆ। ਐ ਵੀ ਹੋਇਆ ਵੀ ਪ੍ਰੋਬਲਮ ਇਹਨਾਂ ਨੂੰ ਹੋਵੇ, ਇਹਨਾਂ ਨੇ ਸਿਰਫ ਦਿਲ ਤੇ ਲਾਇਆ, ਰੋਣਾ ਥੋੜਾ ਨਿਕਲ ਜਾਵੇ। ਐ ਤਾਂ ਨਹੀਂ ਹੋਇਆ ਜੀ ਕਦੇ। ਅੱਛਾ ਚਲੋ ਕੋਈ ਨਹੀਂ, ਖੁਸ਼ ਖੁਸ਼ ਰਹਿਣਾ, ਇੱਕੋ ਜ਼ਿੰਦਗੀ ਆਪਾਂ ਵਧੀਆ ਕੰਮ ਤੇ ਲੱਗੇ ਹੋਏ ਆ। ਤੇ ਤੁਸੀਂ ਵੀ ਇੱਕ ਤਰ੍ਹਾਂ ਯੂਥ 'ਚ ਹੀ ਹੋਣੇ ਹੋ ਨਾ ਜੀ, ਅਤੇ ਬਹੁਤ ਵਧੀਆ ਲੱਗਦਾ ਜਦੋਂ ਯੂਥ ਯੂਥ ਨੂੰ ਪੜ੍ਹਾਉਂਦਾ, ਚੰਗੇ ਕੰਮ ਵਾਲੇ ਪਾਸੇ ਲੱਗਾ ਹੋਇਆ। ਸਿਆਣੀ ਗੱਲ ਕੀਤੀ, ਹੱਸਿਓ ਨਾ ਹੁਣ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ ਜੀ ਮੈਡਮ ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਅੰਬਿਕਾ। ਅੰਬਿਕਾ ਜੀ, ਅੱਛਾ ਜਦੋਂ ਮੈਂ ਤੁਹਾਨੂੰ ਸੱਦਾ ਹੁੰਦਾ, ਜਿਵੇਂ ਮੈਂ ਆਹ ਸਰ ਨਾਲ ਗੱਲ ਕੀਤੀ, ਆਹ ਮੈਡਮ ਨਾਲ ਗੱਲ ਕੀਤੀ, ਸਰ ਨਾਲ ਕੀਤੀ, ਹੈ ਨਾ ਜੀ, ਥੋੜ੍ਹਾ ਥੋੜ੍ਹਾ ਹੈ ਨਾ ਸ਼ਰਾਰਤਾਂ ਵੀ ਕਰਨਾ ਸਭ ਨਾਲ, ਜਦੋਂ ਮੈਂ ਤੁਹਾਨੂੰ ਬੁਲਾਇਆ ਤੁਹਾਡੇ ਦਿਮਾਗ 'ਚ ਇਹ ਤਾਂ ਨਹੀਂ ਆਇਆ ਓਹੋ ਮੇਰਾ ਨੰਬਰ ਆ ਗਿਆ? ਨਹੀਂ। ਸੱਚ ਦੱਸਿਓ? ਨਹੀਂ। ਇੱਦਾਂ ਦੀ ਗੱਲ ਤਾਂ ਨਹੀਂ ਆਈ? ਹੋਏ ਹੋਏ ਮਰ ਜਾਣਾ, ਪਤਾ ਨਹੀਂ ਕੀ ਪੁੱਛ ਰਹੇ। ਨਹੀਂ। ਹੈਂ? ਤੁਸੀਂ ਫਿਰ ਸਾਈਡ 'ਤੇ ਕਿਉਂ ਖੜ੍ਹੇ ਸੀਗੇ? ਤੁਸੀਂ ਇਨਸਲਟ ਜ਼ਿਆਦਾ ਕਰਦੇ ਹੋ ਇਸ ਕਰਕੇ। ਨਹੀਂ ਨਹੀਂ, ਸਾਡੀ ਕੁੜੀ ਪੜ੍ਹਾਉਂਦੀ ਹੈ? ਪਾਪਾ ਪ੍ਰਾਈਵੇਟ ਜੋਬ, ਮੰਮਾ ਹਾਊਸ ਵਾਈਫ। ਕਹਿੰਦੇ ਮੰਮਾ ਹਸਬੈਂਡ ਹੈ? ਫਿਰ ਤੁਸੀਂ ਕਹਿੰਦੇ ਹੋ ਸ਼ਰਾਰਤਾਂ ਕਰਦਾ, ਤੁਸੀਂ ਇਨਸਰਟ ਜ਼ਿਆਦਾ ਕਰਦੇ। ਇਨਸਰਟ ਮੈਂ ਕੋਈ ਇਨਸਰਟ ਨਹੀਂ ਕੀਤੀ। ਹੋਰ ਸੁਣਾਓ। ਅੱਛਾ ਜਿਹੜਾ ਬੰਦਾ ਸੋਚ ਕੇ ਆਇਆ ਹੋਵੇ ਵੀ ਮੈਂ ਪੂਰਾ ਬੋਲੂੰਗੀ ਇਹਦੇ ਨਾਲ, ਹਨਾ, ਉਹਦੇ ਨਾਲ ਵਾਧੂ ਹੁੰਦੀ ਕਦੇ ਕਦੇ। ਗਾਣਾ ਸੁਣਾਓਗੇ? ਨਹੀਂ ਨਹੀਂ ਆਉਂਦਾ। ਕੋਈ ਵੀ ਛੋਟਾ ਜਿਹਾ? ਨਹੀਂ। ਸ਼ਾਇਰੋ ਸ਼ਾਇਰੀ? ਨਹੀਂ। ਚਲੋ ਵਧੀਆ, ਤੁਸੀਂ ਪੜ੍ਹਾਉਂਦੇ ਰਹੋ ਬੱਚਿਆਂ ਨੂੰ, ਸੇਵਾ ਕਰਦੇ ਰਹੋ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਥੈਂਕ ਯੂ ਸੋ ਮਚ ਜੀ। ਪਾਪਾ ਨੂੰ ਸਤਿ ਸ਼੍ਰੀ ਅਕਾਲ, ਅਤੇ ਮੰਮਾ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਵੀ ਕਹਿ ਲਓ। ਸੋ ਜਿੱਥੇ ਬੱਚਿਆਂ ਨੇ ਸ਼ਰਾਰਤਾਂ ਕੀਤੀਆਂ ਜੀ, ਫੈਕਲਟੀ ਨਾਲ ਵੀ ਚੁਲਬੜੀਆਂ ਗੱਲਾਂ ਹੋਈਆਂ, ਅਤੇ ਸਾਡੇ ਇੱਕ ਸਰ ਰਹਿ ਗਏ ਸੀ, ਆ ਜਾਓ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਸਰ? ਸ਼ੁਭ ਨਾਮ ਤੁਹਾਡਾ? ਡਾਕਟਰ ਕਮਲ ਕੁਮਾਰ। ਓਕੇ ਜੀ, ਡਾਕਟਰ ਕਮਲ ਜੀ, ਤੁਸੀਂ ਕਿੰਨੇ ਚਿਰ ਤੋਂ ਸੰਸਥਾ ਨਾਲ ਜੁੜੇ ਹੋਏ? 3 ਮਹੀਨੇ ਹੋ ਗਏ ਇੱਥੇ। 3 ਮਹੀਨੇ ਹੋ ਗਏ, ਵਧੀਆ ਚੱਲ ਰਹੀ ਜੀ ਲਾਈਫ? ਬਹੁਤ ਵਧੀਆ। ਓਕੇ ਓਕੇ। ਮੈਰਿਡ ਹੋ ਜੀ? ਨਹੀਂ, ਮੈਂ ਸਿੰਗਲ ਹਾਂ। ਓਕੇ, ਖੁਸ਼ੀ ਖੁਸ਼ੀ ਖੁਸ਼ੀ। ਇੱਕ ਭਰਾ ਨੂੰ ਦੂਜੇ ਭਰਾ ਨਾਲ ਮਿਲ ਕੇ ਬਹੁਤ ਖੁਸ਼ੀ ਹੁੰਦੀ ਹੈ ਜੀ। ਮੈਂ ਵੀ ਕਹਾਂ ਵੀ ਚਿਹਰੇ ਪਰ ਪ੍ਰੋਫੈਸਰ ਜੀ ਕੇ ਇਤਨੀ ਮੁਸਕਰਾਹਟ ਕਿਉਂ? ਫਿਰ ਹਮਨੇ ਪੁੱਛਿਆ ਕਿ ਮੈਰਿਡ ਹੋ? ਕਹਿੰਦੇ ਨਹੀਂ ਨਹੀਂ, ਸਿੰਗਲ ਹੈ ਭਾਈ। ਬਹੁਤ ਵਧੀਆ। ਅੱਛਾ ਕਦੋਂ ਕਰਾਉਣਾ ਮੇਰਾ? ਕਰਾ ਲਾਂਗੇ ਇਸ ਸਾਲ ਦੇ ਅੰਤ 'ਚ। ਘਰ ਦੇ ਪ੍ਰੈਸ਼ਰ ਪਾਉਂਦੇ ਹੋਣਗੇ? ਹਾਂ, ਥੋੜ੍ਹਾ ਬਹੁਤਾ। ਰਿਸ਼ਤੇਦਾਰ ਵੀ ਕਹਿੰਦੇ ਹੋਣਗੇ? ਬਿਲਕੁਲ। ਹੁਣ ਜੋਬ ਵੀ ਵਧੀਆ ਲੱਗ ਗਈ, ਸਿਹਤ ਵੀ ਵਧੀਆ ਮੁੰਡੇ ਦੀ, ਮੁੰਡਾ ਕੰਮ ਕਮਾਊ ਵੀ ਹੈਗਾ। ਸਾਰੀਆਂ ਲਾਗੂ ਤੁਹਾਡੇ 'ਤੇ ਵੀ ਹੁੰਦੀਆਂ। ਮੈਂ ਹਜੇ ਉਮਰ 'ਚ ਛੋਟਾ ਥੋੜ੍ਹ ਤੋਂ, ਅਤੇ ਪਹਿਲਾਂ ਵੱਡਾ ਭਰਾ ਘੋੜੀ ਚੜ੍ਹੇ, ਛੋਟਾ ਭਰਾ ਦੇਖੂਗਾ ਵੀ ਹਾਂਜੀ ਚੜ੍ਹੇ ਹੋ, ਹੌਸਲਾ ਮਿਲਦਾ ਨਾ ਫਿਰ। ਹੌਸਲਾ ਹੌਸਲਾ। ਵੱਡੇ ਭਾਅ ਜੀ ਉੱਥੇ ਬੈਠੇ ਹੋਣ ਜਿੱਥੇ ਸ਼ਗਨ ਪੈਂਦੇ ਹੁੰਦੇ ਆ, ਹਾਂਜੀ ਹਾਂਜੀ, ਮੈਂ ਭੰਗੜਾ ਪਾਉਂਦਾ ਵਾਂ ਵੀ, ਕਿਉਂ ਫਸ ਗਏ ਸਰ ਜੀ? ਟੀਚਰਾਂ ਨਾਲ ਟੀਚਰਾਂ ਵੀ ਨਾਲ ਟੀਚਰਾਂ ਵੀ ਕਰਾਂ ਤੁਹਾਨੂੰ, ਪਰ ਕੋਈ ਨਹੀਂ ਹੈ, ਲੱਡੂ ਹੈ ਜੀ, ਖਾਣਾ ਤਾਂ ਪੈਣਾ। ਹਾਂਜੀ, ਖਾਣਾ ਹੀ ਪੈਣਾ ਜੀ, ਕਿਸੇ ਨੇ ਲੇਟ ਖਾਧਾ, ਕਿਸੇ ਨੇ ਪਹਿਲਾਂ ਖਾਧਾ, ਕਿਸੇ ਨੇ ਪਹਿਲਾਂ ਖਾਧਾ, ਖਾਣਾ ਹੀ ਪੈਣਾ। ਚਲੋ ਛੇਤੀ ਛੇਤੀ ਲੱਡੂ ਖਾਓ, ਫਿਰ ਅਸੀਂ ਭੰਗੜਾ ਪਾਵਾਂਗੇ। ਸ਼ੋਰ ਜੀ। ਸ਼ੌਂਕ ਜੀ ਗਾਉਣ ਦਾ? ਗਾਉਣ ਦਾ ਸ਼ੌਂਕ ਆ, ਪਰ ਆਵਾਜ਼ ਨਹੀਂ ਅੱਛੀ। ਕੋਈ ਨਹੀਂ, ਕੋਈ ਸੁਣਾ ਦਿਓ, ਸੁਣਾ ਦਿਓ, ਕੋਈ ਚੱਕਰ ਨਹੀਂ। ਉਹ ਵਾਰ ਵਾਰ ਨਹੀਂ ਜਗ ਤੇ ਆਉਣਾ, ਸਿੱਖ ਲੈ ਚੰਦਰਾ ਪਿਆਰ ਨਿਭਾਉਣਾ, ਫਿਰ ਕਿਸੇ ਨੇ ਗੱਲ ਨਾ ਲਾਉਣਾ, ਫਿਰ ਕਿਸੇ ਨੇ ਗੱਲ ਨਾ ਲਾਉਣਾ। ਮੈਂ ਕਿਹਾ ਸੀ ਨਾ ਮੈਨੂੰ ਨਹੀਂ ਆਉਂਦਾ ਗਾਣਾ। ਮੇਲਾ ਦੋ ਘੜੀਆਂ ਜੇ ਤੁਰ ਗਏ ਦਿਲ ਭਰ ਜਾਨੀ, ਜੇ ਤੁਰ ਗਏ ਦਿਲ ਭਰ ਜਾਨੀ, ਮੇਲਾ ਦੋ ਘੜੀਆਂ ਤਾਂ ਦਿਨ ਦੀ ਜ਼ਿੰਦਗਾਨੀ, ਮੇਲਾ ਦੋ ਘੜੀਆਂ। ਗੱਲਬਾਤ ਕੀਤੀ, ਪੂਰੀ ਮਸਤੀ ਕੀਤੀ ਫੈਕਲਟੀ ਦੇ ਨਾਲ, ਹੁਣ ਤੁਹਾਨੂੰ ਦਿਖਾਉਂਦੇ ਆ ਜੀ ਕੁੜੀਆਂ ਦਾ ਸ਼ਾਨਦਾਰ ਗਿੱਧਾ। ਕਰਦੇ ਰਹੋ, ਠੀਕ ਪਹੁੰਚ ਗਏ ਮੇਜਬਾਨ ਰਵਨੀਤ ਵੱਲੋਂ।
ਸ਼੍ਰੀਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮੱਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।